ਵੀ ਮਹਾਰਾਜ ਨੇ ਕਿਹਾ ਸੀ ਸਰਹੰਦ ਦੇ ਵਿੱਚ ਗਧਿਆਂ ਨਾਲ ਹਲ ਵਾਹੇ ਜਾਣਗੇ। ਸੋ ਹੁਣ ਅਸੀਂ ਇਹ ਪੂਰੀ ਕਰਨੀ ਹੈ। ਹੁਣ ਮਰਾਠਿਆਂ ਦੇ ਤਾਂ ਕਿਤੇ ਦਿਮਾਗ 'ਚ ਹੋਣਾ ਵੀ ਅਸੀਂ ਤਾਂ ਜੀ ਐਡੇ ਵੱਡੇ ਸ਼ਹਿਰ 'ਤੇ ਕਬਜ਼ਾ ਕਰਨਾ, ਸਾਡਾ ਤਾਂ ਇਹ ਇੱਕ ਤਰੀਕੇ ਨਾਲ ਰਾਜਧਾਨੀ ਬਣੂਗੀ ਇੱਧਰ ਦੀ ਇਹ। ਅਤੇ ਪਰ ਸਿੰਘਾਂ ਨੇ ਗਧੇ ਮੰਗਾਏ, ਗਧਿਆਂ ਦੇ ਮਗਰ ਹਲ ਪਾਏ, ਸਰਹੰਦ ਸਾਰਾ ਸ਼ਹਿਰ ਵਾਹ ਕੇ ਉਹਨਾਂ ਨੇ ਪੱਧਰ ਕੀਤਾ। ਮਹਾਰਾਜ ਦੇ ਕਦੇ ਬਚਨ ਹੋਏ ਸੀ ਵੀ ਸਰਹੰਦ ਦੇ ਵਿੱਚ ਗਧਿਆਂ ਨਾਲ ਹਲਵਾਏ ਜਾਣਗੇ। ਸਰਹੰਦ ਦੀਆਂ ਇੱਟਾਂ ਨਾਲ ਸਾਡਾ ਰਿਸ਼ਤਾ ਸਦਾ ਰਹਿਣਾ। ਇਹ ਸਰਹੰਦ ਮਾਰੀ ਹੈ, ਇਸ ਨਾਲ ਸਾਡੀ ਦੁਸ਼ਮਣੀ ਵੀ ਹੈ ਅਤੇ ਬਾਬਿਆਂ ਨੂੰ ਯਾਦ ਕਰਦਿਆਂ ਨੀਹਾਂ ਦਾ ਬਿਰਤਾਂਤ ਵੀ ਹੈ। ਆਰਟਿਸਟ ਪ੍ਰੇਮ ਸਿੰਘ ਨੇ ਸਰਹੰਦ ਦਰਸ਼ਨ ਕੀਤੇ ਅਤੇ ਉਹਨਾਂ ਇੱਟਾਂ ਦੀ ਤਸਵੀਰ ਹੀ ਘੜ ਦਿੱਤੀ। ਇੱਥੋਂ ਦੀਆਂ ਇੱਟਾਂ 'ਚ ਸ਼ਹੀਦਾਂ ਦਾ ਲਹੂ ਹੈ। ਜ਼ਿਆਰਤ ਆਮ ਇਹ ਮੰਨਿਆ ਜਾਂਦਾ ਸੀ ਕਿ ਇਹ ਮਨਜ਼ੂਰ ਤਾਂ ਹੁੰਦੀ ਹੈ ਜੇ ਹਰ ਸਿੱਖ ਆ ਕੇ ਕੋਈ ਨਾ ਕੋਈ ਇੱਟ ਜ਼ਰੂਰ ਭੰਨੇ ਬਦਲਾ ਲੈਣ ਵਾਸਤੇ। ਇਸ ਕਰਕੇ ਇੱਥੇ ਸਰਹੰਦ ਦੇ ਗਿਰਦੋ ਨਵਾ ਬੀਲਾਂ ਤੱਕ ਖਿੰਡੇ ਪੱਥਰ ਗੀਟੇ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਜਦੋਂ ਲੋਕ ਹਰ ਸਾਲ ਆਉਂਦੇ ਸੀ ਤਾਂ ਉਹ ਇੱਟਾਂ ਤੋਂ ਵੀ ਬਦਲਾ ਲੈਂਦੇ ਸੀ, ਇੱਟਾਂ ਨਾਲ ਇੱਟ ਖੜਕਾਉਂਦੇ ਸੀ ਅਤੇ ਉਹਨਾਂ ਦੇ ਰੋੜੇ ਬਣਾ ਦਿੱਤੇ ਸੀ। ਇੱਟਾਂ ਪ੍ਰਤੀ ਸਿੱਖਾਂ ਦੀ ਚੇਤਨਾ ਵਿੱਚ ਨਿਸ਼ਾਨ ਐਸੇ ਉੱਕਰੇ ਸਨ ਕਿ 1837 ਦੀ ਇੱਕ ਘਟਨਾ ਇੰਝ ਵੀ ਹੈ। ਪਟਿਆਲਾ ਰਿਆਸਤ ਦੇ ਮਹਾਰਾਜਾ ਮਹਿੰਦਰ ਸਿੰਘ ਨੇ ਸਰਹੰਦ ਦੇ ਖੰਡਰਾਂ ਦੇ ਮਲਬੇ ਨੂੰ ਨੌਰਥ ਵੈਸਟਰਨ ਰੇਲਵੇ ਕੰਪਨੀ ਨੂੰ ਹੀ ਵੇਚ ਦਿੱਤਾ ਸੀ। ਇਹ ਚੇਤਨਾ ਬੜੀ ਪ੍ਰਬਲ ਹੈ ਕਿ ਸਰਹੰਦ ਦੀਆਂ ਇੱਟਾਂ ਨੂੰ ਰੋਲ ਦਿੱਤਾ ਜਾਵੇ, ਜਿਹਨੂੰ ਮਾਣ ਸੀ ਕਿ ਉਹ ਬਹੁਤ ਵੱਡੇ ਸੂਬੇ ਦੀ ਮਲਕੀਅਤ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਸ ਵੇਲੇ ਭੋਰਾ ਸਾਹਿਬ ਦੀ ਖੁਦਾਈ ਹੋ ਰਹੀ ਸੀ ਔਰ ਜਿੱਥੇ ਗੁਰਦੁਆਰਾ ਸਾਹਿਬ ਦੀ ਹੁਣ ਇਮਾਰਤ ਹੈ ਉਹਦੇ ਚਾਰੇ ਪਾਸੇ ਛੋਟੀਆਂ ਸਰਹੰਦੀ ਇੱਟਾਂ ਦੇ ਢੇਰ ਸਨ ਅਤੇ ਜਦੋਂ ਅੱਧੀ ਛੁੱਟੀ ਹੁੰਦੀ ਸੀ ਅਸੀਂ ਘਰੋਂ ਪਰੌਂਠੇ ਜਾਂ ਚੂਰੀ ਵਗੈਰਾ ਲੈ ਕੇ ਜਾਂਦੇ ਸੀ। ਸਾਨੂੰ ਪੰਜਾਬੀ ਪੜ੍ਹਾਉਂਦੇ ਸੀ ਭੈਣ ਜੀ, ਉਹਨਾਂ ਦਾ ਨਾਂ ਸੀ ਬੇਅੰਤ ਕੌਰ, ਦੋ ਸਕੀਆਂ ਭੈਣਾਂ ਸੀ ਬੇਅੰਤ ਕੌਰ ਅਤੇ ਸਤਵੰਤ ਕੌਰ, ਬੁਰਿੰਡੇ ਦੇ ਲਾਗੇ ਹੀ ਉਹਨਾਂ ਦਾ ਪਿੰਡ ਸੀ। ਉਹਨਾਂ ਨੇ ਅੱਧੀ ਛੁੱਟੀ ਦੀ ਘੰਟੀ ਵੱਜਣ ਸਾਰ ਬੱਚਿਆਂ ਨੂੰ ਕਹਿਣਾ ਵੀ ਕੋਈ ਬੱਚਾ ਕੋਈ ਡੱਬਾ ਨਹੀਂ ਕੱਢੇਗਾ, ਕੋਈ ਪਰੌਂਠਾ ਨਹੀਂ ਕੱਢੇਗਾ, ਕੋਈ ਚੂਰੀ ਨਹੀਂ ਛੇੜੇਗਾ, ਲਾਈਨ ਬਣਾ ਲਓ, ਸਾਡੀ ਦਰਸ਼ਨੀ ਡਿਊਟੀ ਦੇ ਬਾਹਰ ਲਾਈਨ ਲਵਾ ਦੇਣੀ। ਅਤੇ ਉਹਨਾਂ ਨੇ ਕਹਿਣਾ ਪਹਿਲਾਂ ਸਰਹੰਦ ਦੀਆਂ ਇੱਟਾਂ ਤੋਂ ਬਦਲਾ ਲਓ ਫਿਰ ਕੁਛ ਖਾਣਾ। ਅਤੇ ਅਸੀਂ ਲਾਈਨ ਬਣਾ ਕੇ ਚਲੇ ਜਾਂਦੇ ਸੀ। ਉਹ ਛੋਟੀਆਂ ਇੱਟਾਂ ਦੇ ਢੇਰ ਲੱਗੇ ਹੁੰਦੇ ਸੀ, ਉੱਥੇ ਥੌੜੀਆਂ ਪਈਆਂ ਹੁੰਦੀਆਂ ਸੀ ਅਤੇ ਅਸੀਂ ਉਹ ਥੌੜੀ ਚੱਕ ਕੇ ਇੱਕ ਇੱਕ ਇੱਟ ਜਿਹੜੀ ਸੀ ਉਹਦੇ ਟੁਕੜੇ ਟੁਕੜੇ ਕਰ ਦੇਣੇ, ਇੱਕ ਇੱਕ ਇੱਟ ਭੰਨ ਕੇ ਫਿਰ ਲਾਈਨ 'ਚ ਖੜ੍ਹ ਜਾਣਾ ਅਤੇ ਉਹਨਾਂ ਨੂੰ ਕਹਿਣਾ ਭੈਣ ਜੀ ਨੂੰ ਭਈ ਅਸੀਂ ਭੈਣ ਜੀ ਬਦਲਾ ਲੈ ਲਿਆ ਇੱਟਾਂ ਤੋਂ, ਸਾਹਿਬਜ਼ਾਦਿਆਂ ਜਿਨ੍ਹਾਂ ਇੱਟਾਂ 'ਚ ਚਿਣੇ ਗਏ ਉਹਨਾਂ ਇੱਟਾਂ ਤੋਂ ਅਸੀਂ ਬਦਲਾ ਲੈ ਲਿਆ। ਮਹਿਸੂਸ ਕਰੋ ਇਸ ਧਰਤੀ ਦਾ ਜ਼ਰਾ ਜ਼ਰਾ। ਸ਼ਹੀਦਾਂ ਨੇ ਇੱਥੇ ਲਹੂ ਨਾਲ ਜਿਹੜੀਆਂ ਇਬਾਰਤਾਂ ਲਿਖੀਆਂ ਨੇ ਉਹ ਸਾਡੇ ਦਿਲਾਂ ਨੂੰ ਭੇਜੇ ਸੁਨੇਹੇ ਹੀ ਤਾਂ ਨੇ। ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੇ ਆਪਣੀ ਸ਼ਹੀਦੀਆਂ ਪਾਸ ਸਿੰਘਾਂ ਨੂੰ ਜੋ ਸਾਖੀ ਪ੍ਰਦਾਨ ਕੀਤੀ ਇਹ ਗੁਰਤੀ ਗੁਰੂ ਨਾਨਕ ਪਾਤਸ਼ਾਹ ਨੇ ਹੀ ਮੁੱਢੋਂ ਦਿੱਤੀ ਸੀ। ਜੋ ਤੋ ਪ੍ਰੇਮ ਖੇਲਣ ਕਾ ਚਾਓ
ਸਿਰ ਧਰ ਤਲੀ ਗਲੀ ਮੇਰੀ ਆਓ। ਕਟਵਾ ਕੇ ਪਿਸਰ ਚਾਰੇ ਕੇ ਆਸੂ ਨਾ ਗਿਰਾਇਆ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਬੜਾਇਆ। ਕਟਵਾ ਕੇ ਪਿਸਰ ਚਾਰੇ ਕੇ ਆਸੂ ਨਾ ਗਿਰਾਇਆ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਬੜਾਇਆ। ਇਹ ਸੰਗਤ ਜੋ ਸਰਹੰਦ ਦੀ ਧਰਤੀ 'ਤੇ ਆਉਂਦੀ ਹੈ, ਇਹ ਮਾਣ ਨਾਲ ਆਉਂਦੇ ਨੇ ਕਿਉਂਕਿ ਸਾਡੇ ਬਾਬੇ ਕਿਰਦਾਰਾਂ ਵਾਲੇ ਸਨ, ਅਗੰਮੀ ਸ਼ਕਤੀ ਦੇ ਮਾਲਕ, ਸ਼ਸਤਰ ਵਾਲੇ, ਜੂਝਣ ਵਾਲੇ, ਸਿੱਖੀ ਸਿਦਕ ਨੂੰ ਨਿਭਾਉਣ ਵਾਲੇ, ਬੰਦ ਬੰਦ ਕਟਵਾਉਣ ਵਾਲੇ, ਮਾਤਾ ਗੁਜਰੀ ਦੇ ਲਾਲ, ਨਿੱਕੇ ਸਾਹਿਬਜ਼ਾਦੇ, ਅਨੰਦਪੁਰ ਸਾਹਿਬ ਦੀ ਧਰਤੀ ਦੀ ਪੈਦਾਇਸ਼, ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ, ਪੋਹ ਦੇ ਮਹੀਨੇ ਅੱਤ ਦੀ ਸਰਦੀ 'ਚ ਸ਼ਹਾਦਤ ਦੀ ਤਪਸ਼ ਹੈ। ਇਹ ਨਿੱਘ ਡੁੱਲੇ ਲਹੂਆਂ ਦਾ ਜੋ ਜ਼ੁਲਮ ਅਤੇ ਜ਼ਬਰ ਖਿਲਾਫ ਡਟੇ। ਅੱਜ ਤੋਂ 5 ਰਾਤ ਪਹਿਲਾਂ ਅਨੰਦਪੁਰ ਸਾਹਿਬ ਮੁਗਲਾਂ ਅਤੇ ਪਹਾੜੀ ਹਿੰਦੂ ਰਾਜਿਆਂ ਨੇ ਬੜੇ ਗਰੂਰ ਨਾਲ ਘੇਰਾ ਪਾਇਆ ਸੀ। ਯਾਦ ਰਹੇ ਉਹਨਾਂ ਗਊ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਧੀਆਂ, ਫਿਰ ਦਗਾ ਕਮਾਇਆ। ਧਰਮੀ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਨੇ। ਸਾਡੇ ਬਜ਼ੁਰਗਾਂ ਦੀ ਸਿਫਤ 'ਚ ਹੁੰਦਾ ਸੀ ਕਿ ਬੰਦੇ ਬੜੇ ਧਰਮੀ ਨੇ, ਪਰ ਮੁਗਲੀਆ ਫੌਜ ਤੇ ਪਹਾੜੀ ਰਾਜੇ ਧਰਮੀ ਨਾ ਨਿਕਲੇ। ਕੀ ਫਰਕ ਪੈਂਦਾ ਕਿ ਕਸਮਾਂ ਟੁੱਟੀਆਂ, ਗੰਗੂ ਬਾਮਨ ਲਾਲਚੀ ਨਿਕਲਿਆ, ਸੁੱਚਾ ਆਨੰਦ ਵਜ਼ੀਰ ਖਾਨ ਵੈਸ਼ੀ ਨਿਕਲੇ। ਇਤਿਹਾਸ ਨੇ ਅਖੀਰ ਇੱਜ਼ਤਾਂ ਬਖਸ਼ੀਆਂ ਨਿਹੰਗ ਖਾਨ ਪਠਾਨ ਨੂੰ। ਸਾਡੇ ਦਿਲਾਂ 'ਤੇ ਉੱਕਰੇ ਨੇ ਉਹ ਸਾਰੇ ਜੁਝਾਰੂ ਸਿੰਘ, ਬਾਬਾ ਕੁੰਮਾ ਮਾਸ਼ਕੀ, ਮਾਤਾ ਲਛਮੀ ਬਾਮਣੀ, ਬਾਬਾ ਮੋਤੀ ਮਹਿਰਾ, ਦੀਵਾਨ ਟੋਡਰਮੱਲ, ਨਵਾਬ ਮਲੇਰਕੋਟਲਾ, ਗਣੀ ਖਾਨ, ਨਬੀ ਖਾਨ। ਧਰਮ ਦਾ ਸਿਰਨਾਵਾਂ ਇਹੋ ਹੁੰਦਾ, ਸਮਰਪਣ ਅਤੇ ਕਿਰਦਾਰ। ਲੰਗਰ ਛਕਾਉਂਦੀ, ਸੇਵਾ ਕਰਦੀ, ਮੱਥਾ ਟੇਕਦੀ, ਸ਼ਹੀਦਾਂ ਦੀ ਧਰਤੀ 'ਤੇ ਆਈ ਇਹ ਸੰਗਤ ਧਰਮ ਦੇ ਇਸੇ ਮੂਲ ਨਾਲ ਜੁੜਨ ਪਹੁੰਚਦੀ ਹੈ। ਜਦ ਤੋਂ ਸੋਝੀ ਸੰਭਾਲੀ ਹੈ ਉਦੋਂ ਤੋਂ ਇਹ ਦੇਖ ਰਹੇ ਹਾਂ ਕਿ ਸ਼ਹੀਦੀ ਸਭਾ ਭਰਦੀ ਹੈ। ਇਸ ਨੂੰ ਪਹਿਲਾਂ ਸ਼ਹੀਦੀ ਸਿੰਘ ਸਭਾ ਕਹਿੰਦੇ ਸਨ। ਬਹੁਤ ਸਾਰੇ ਲੋਕ ਕਾਲੀਆਂ ਪੱਗਾਂ ਬੰਨ੍ਹ ਕੇ, ਕਾਲੀਆਂ ਚੁੰਨੀਆਂ ਲੈ ਕੇ ਵੀ ਆਉਂਦੇ ਸੀ। ਟ੍ਰੈਡੀਸ਼ਨ ਇਹ ਸੀ ਕਿ ਲੋਕ 3 ਦਿਨ ਰਹਿੰਦੇ ਸੀ। ਜਿਸ ਦਿਨ ਸਾਹਿਬਜ਼ਾਦੇ ਆ ਗਏ ਨੇ ਮੋਰਿੰਡੇ ਤੋਂ ਸਰਹੰਦ, ਉਸ ਦਿਨ ਸੰਗਤ ਪਹੁੰਚ ਜਾਂਦੀ ਸੀ ਅਤੇ ਉਹਨਾਂ ਦੇ ਦਾਹ ਸੰਸਕਾਰ ਵੇਲੇ ਤੱਕ, ਮਤਲਬ 11, 12 ਅਤੇ 13, ਇਹ 3 ਦਿਨ ਸੰਗਤ ਇੱਥੇ ਗੁਜ਼ਾਰਦੀ ਸੀ। ਇੱਥੇ ਧਾਰਮਿਕ ਦੀਵਾਨ ਲੱਗਦੇ ਸੀ, ਰਾਤ ਨੂੰ ਸ਼ਬਦ ਕੀਰਤਨ ਹੁੰਦਾ ਸੀ, ਧਾਰਮਿਕ ਦੀਵਾਨ ਲੱਗਦੇ ਸੀ, ਹੋਰ ਕੋਈ ਸਿਆਸੀ ਕਾਨਫਰੰਸਾਂ ਨਹੀਂ ਸੀ ਹੁੰਦੀਆਂ। ਹੌਲੀ ਹੌਲੀ ਉਹ ਦੀਵਾਨ ਜਿਹੜੇ ਸੀ ਉਹ ਕਾਨਫਰੰਸਾਂ ਵਿੱਚ ਤਬਦੀਲ ਹੋ ਗਏ। ਭਾਈ ਠਾਕਰ ਸਿੰਘ ਗਿਆਨੀ ਪੰਥ ਦੇ ਵੱਡੇ ਵਿਦਵਾਨ ਸਨ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੰਡਿਆਲੀ ਦੇ ਵਾਸੀ ਭਾਈ ਠਾਕੁਰ ਸਿੰਘ ਗਿਆਨੀ ਜੀ ਹੁਣਾਂ ਅੰਮ੍ਰਿਤ ਸੰਚਾਰ ਦੀ ਵਹੀਰਾ ਨਾਲ ਕੌਮ ਵਿੱਚ ਗੁਰੂ ਦਾ ਚਾਅ ਪੈਦਾ ਕੀਤਾ। ਭਾਈ ਠਾਕੁਰ ਸਿੰਘ ਚੀਫ ਖਾਲਸਾ ਦੀਵਾਨ ਦੇ ਮੋਢੀ ਮੈਂਬਰ ਸਨ ਅਤੇ ਅੰਮ੍ਰਿਤਸਰ ਵਿਖੇ ਉਹਨਾਂ ਭਾਈ ਮਨੀ ਸਿੰਘ ਗ੍ਰੰਥੀ ਅਤੇ ਸ਼ਹੀਦ ਆਸ਼ਰਮ ਨਾਂ ਦੀ ਸੰਸਥਾ ਕਾਇਮ ਕੀਤੀ ਸੀ। ਇਹਨਾਂ ਨੂੰ ਪੰਥ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਇਹਨਾਂ ਨੇ ਬਹੁਤ ਕੀਤਾ ਕਿ ਸਾਹਿਬਜ਼ਾਦਿਆਂ ਦੀ ਜਿਹੜੀ ਐਡੀ ਵੱਡੀ ਸ਼ਹਾਦਤ ਆ ਉਹ ਉਚੇਚੇ ਤੌਰ 'ਤੇ ਦਸੰਬਰ ਦੇ 12-13 ਪੋਹ ਨੂੰ ਮਨਾਈ ਜਾਵੇ। ਤਿੰਨੇ ਪ੍ਰਚਾਰ ਕਰ ਕਰਕੇ 1888 ਈਸਵੀ ਤੋਂ ਫਤਿਹਗੜ੍ਹ ਸਾਹਿਬ ਇਹ ਸ਼ਹੀਦੀ ਸਮਾਗਮ ਵਿਸ਼ੇਸ਼ ਤੌਰ 'ਤੇ ਮਨਾਉਣ ਦੀ ਪੰਥ ਵਿੱਚ ਰਵਾਇਤ ਪ੍ਰਚਲਿਤ ਕੀਤੀ ਆ ਗਿਆਨੀ ਠਾਕੁਰ ਸਿੰਘ ਜੀ ਨੇ। ਭਾਈ ਠਾਕੁਰ ਸਿੰਘ ਐਸੇ ਸੀ ਜਿਨ੍ਹਾਂ ਪਲਟਣਾਂ ਵਿੱਚ ਅੰਮ੍ਰਿਤ ਛਕਾਉਂਦੇ ਹੁੰਦੇ ਸੀ। ਸੰਤ ਅਤਰ ਸਿੰਘ ਜੀ ਜਦੋਂ ਪਲਟਣ ਵਿੱਚ ਸੀਗੇ ਉਹਨਾਂ ਨੂੰ ਅੰਮ੍ਰਿਤ ਵੀ ਜਿਹੜੀ ਛਕਾਉਣ ਦੀ ਇਹ ਭਾਈ ਠਾਕੁਰ ਸਿੰਘ ਜੀ ਪੰਜਾਂ ਪਿਆਰਿਆਂ ਵਿੱਚ ਸੀ ਜਦੋਂ ਸੰਤ ਅਤਰ ਸਿੰਘ ਜੀ ਨੇ ਅੰਮ੍ਰਿਤ ਛਕਿਆ। ਪੋਹ ਦੇ ਮਹੀਨੇ ਨੂੰ ਸਾਡੇ ਇਲਾਕੇ 'ਚ ਸ਼ਹੀਦੀ ਮਹੀਨਾ ਕਿਹਾ ਜਾਂਦਾ ਅਤੇ ਇਹਨਾਂ ਦਿਨਾਂ ਵਿੱਚ ਪੁਰਾਣੇ ਸਮੇਂ ਨਾ ਤਾਂ ਕੋਈ ਘਰਾਂ 'ਚ ਖੁਸ਼ੀ ਦਾ ਸਮਾਗਮ ਕੀਤਾ ਜਾਂਦਾ ਸੀ, ਖਾਸ ਕਰ ਕੋਈ ਵਿਆਹ ਨਹੀਂ ਸੀ ਕਰਦਾ ਇਹਨਾਂ ਦਿਨਾਂ 'ਚ। ਅਤੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀਗੇ ਉਹ ਆਪਣੇ ਬੱਚਿਆਂ ਨੂੰ ਜੁਆਇੰਟ ਸੰਯੁਕਤ ਪਰਿਵਾਰ ਹੁੰਦੇ ਸੀਗੇ ਸਾਰਿਆਂ ਨੂੰ ਕੋਲ ਬਿਠਾ ਕੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਸੀ। ਇਹਨਾਂ ਦਿਨਾਂ 'ਚ ਕੋਈ ਮੰਜਿਆਂ 'ਤੇ ਨਹੀਂ ਸੀ ਸੌਂਦਾ, ਜਿੰਨੇ ਵੀ ਪਰਿਵਾਰ ਦੇ ਮੈਂਬਰ ਹੁੰਦੇ ਸੀ ਛੋਟੇ ਵੱਡੇ ਕੋਈ ਵੀ ਸੀ ਉਹ ਥੱਲੇ ਬਿਸਤਰੇ ਲਗਾ ਕੇ ਸੌਂਦੇ ਸੀਗੇ। ਅੱਛੇ ਪਕਵਾਨ ਬਣਾਉਣ ਤੋਂ ਗੁਰੇਜ਼ ਕੀਤਾ ਜਾਂਦਾ ਸੀ ਕਿਉਂਕਿ ਉਹ ਇੰਨਾ ਭਾਰੂ ਹੁੰਦਾ ਸੀ ਸ਼ਹਾਦਤ ਦਾ ਅਸਰ ਲੋਕਾਂ ਦੇ ਮਨਾਂ 'ਤੇ, ਉਹਨਾਂ ਨੂੰ ਲੱਗਦਾ ਸੀ ਵੀ ਇਹ ਅੱਜ ਇਹ ਗੱਲ ਹੋਈ ਹੈ। ਆਮ ਘਰਾਂ ਵਿੱਚ ਹੀ ਇਹ ਰਵਾਇਤ ਸੀਗੀ ਸਾਰਿਆਂ ਦੇ, ਖਾਸ ਕਰ ਪਿੰਡਾਂ 'ਚ। ਫਿਰ ਇੱਥੇ ਸਰਹੰਦ ਸ਼ਹਿਰ ਦਾ ਮੈਂ ਸੁਣਿਆ ਕਿ ਕੁਛ ਘਰਾਂ 'ਚ, ਮੈਂ ਜ਼ਿਕਰ ਵੀ ਕਰਾਂਗੀ ਉਹਨਾਂ ਦਾ, ਇੱਕ ਸਾਡੇ ਹੈਡਮਿਸਟ੍ਰੈਸ ਹੁੰਦੇ ਸੀਗੇ ਭੈਣ ਜੀ ਜਸਵੰਤ ਕੌਰ, ਉਹਨਾਂ ਦੇ ਪਰਿਵਾਰ 'ਚ ਅੱਜ ਵੀ ਇਹ ਰਵਾਇਤ ਹੈ। ਉਹ ਸਾਰਿਆਂ ਨੂੰ ਇਕੱਠੇ ਕਰਕੇ ਥੱਲੇ ਬਿਸਤਰੇ ਲਗਾਉਂਦੇ ਸੀ ਅਤੇ ਕੀਰਤਨ ਕਰਦੇ ਸੀ, ਸਾਖੀਆਂ ਸੁਣਾਉਂਦੇ ਸੀ, ਮਤਲਬ ਕਿ ਸਾਰੀ ਰਾਤ ਉਹ ਇੱਦਾਂ ਗੁਜ਼ਾਰਦੇ ਸੀਗੇ। ਸੇ ਅੱਜ ਜਿਹੜਾ ਹੈਗਾ ਇਹ ਰੁਝਾਨ ਇਹ ਘਟਦਾ ਜਾਂਦਾ ਹੈ। ਪਹਿਲਾਂ ਇਹ ਹੁੰਦਾ ਸੀ ਕਿ ਸੰਗਤ ਪਿੰਡਾਂ ਵਿੱਚੋਂ ਲੰਗਰ ਪਕਾ ਕੇ ਲਿਆਉਂਦੀ ਸੀ। ਜਿਹੜੀ ਸੰਗਤ ਇੱਥੇ ਰਾਤਾਂ ਰਹਿੰਦੀ ਸੀ ਉਹਨਾਂ ਵਾਸਤੇ ਪਿੰਡਾਂ ਵਿੱਚੋਂ ਲੰਗਰ ਤਿਆਰ ਕਰਕੇ ਗੱਡਿਆਂ ਉੱਤੇ ਆਉਂਦੇ ਸੀ, ਉਹ ਸੰਗਤ ਨੂੰ ਛਕਾਏ ਜਾਂਦੇ ਸੀ। ਫਿਰ ਇੱਥੇ ਸਭ ਤੋਂ ਪਹਿਲਾਂ ਇੱਕ ਲੰਗਰ ਮਾਤਾ ਗੁਜਰੀ ਦਾ ਲੰਗਰ ਬਣਿਆ, ਜੋ ਸਾਡੇ ਬਚਪਨ ਵੇਲੇ ਤੋਂ ਇੱਥੇ ਬੀਬੀ ਸੁਰਜੀਤ ਕੌਰ ਸੀ, ਉਹ ਉਸ ਲੰਗਰ ਦੀ ਜਥੇਦਾਰੀ ਉਹਨਾਂ ਦੇ ਪਾਸ ਸੀ। ਅਤੇ ਉਸ ਤੋਂ ਬਾਅਦ ਫਿਰ ਸ਼੍ਰੋਮਣੀ ਕਮੇਟੀ ਦਾ ਵੀ ਇੱਕ ਲੰਗਰ ਇੱਥੇ ਸ਼ੁਰੂ ਹੋਇਆ। ਅਤੇ ਹੁਣ ਫਿਰ ਜਦੋਂ ਗੁਰਦੁਆਰਾ ਸਾਹਿਬ ਦੀ ਤਾਮੀਰ ਸ਼ੁਰੂ ਹੋਈ ਇਹਦੀ ਸੇਵਾ ਕਰਾਈ ਸੰਤ ਭੂਰੀ ਵਾਲਿਆਂ ਨੇ, ਫਿਰ ਸੰਤ ਭੂਰੀ ਵਾਲਿਆਂ ਨੇ ਦਾ ਲੰਗਰ ਵੀ ਇੱਥੇ ਸ਼ੁਰੂ ਹੋ ਗਿਆ। ਕਿਉਂ ਪਕੜ ਮਸੂਮਾਨੋਂ ਨੀ ਲਈ ਪੁਲਸੀਏ ਜਾਂਦੇ, ਕਿਉਂ ਪਕੜ ਮਸੂਮਾਨੋਂ ਨੀ ਲਈ ਪੁਲਸੀਏ ਜਾਂਦੇ। ਉੱਥੋਂ ਜਦੋਂ ਗੱਡਾ ਚੱਲਿਆ ਮਰਿੰਡੇ ਤੋਂ ਅੱਗੇ ਜਾ ਕੇ 9 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਨੌਗਾਵਾਂ ਆ ਗਿਆ। ਨੌਗਾਵਾਂ ਗੱਡਾ ਕਿਲ੍ਹੇ ਦੇ ਮੂਹਰੇ ਰੁਕਿਆ ਅਤੇ ਉਹ ਨੌਗਾਵਾਂ ਦੇ ਕਿਲ੍ਹੇ ਦੇ ਮੂਹਰੇ ਜਦੋਂ ਗੱਡਾ ਰੁਕਿਆ
ਦਾਦੀ ਮਾਂ ਨੇ ਉੱਥੋਂ ਫਿਰ ਪਾਣੀ ਮੰਗਿਆ ਸੀ ਵੀ ਸਾਡੀ ਹਾਲਤ ਆਹ ਹੋਈ ਪਈ ਆ, ਬੱਚਿਆਂ ਨੂੰ ਤਾਂ ਨਹੀਂ ਕੁਛ ਵੀ ਨਹੀਂ ਦਿੱਤਾ, ਸਵੇਰ ਦਾ ਇੱਦਾਂ ਹੀ ਧੂ ਕੇ ਲੈ ਆਏ। ਨੇੜੇ ਖੂਹ 'ਤੇ ਲੋਕ ਖੜ੍ਹੇ ਸੀਗੇ ਅਤੇ ਉਹਨਾਂ ਕੋਲ ਪਾਣੀ ਮੰਗਿਆ ਸੀ ਅਤੇ ਲੋਕਾਂ ਨੇ ਡਰਦਿਆਂ ਨੇ ਪਾਣੀ ਨਹੀਂ ਸੀ ਦਿੱਤਾ। ਅੱਗੇ ਜਾ ਕੇ ਬੱਸੀ ਪਠਾਣਾ ਕੋਤਵਾਲੀ 'ਚ ਗੱਡਾ ਅੰਦਰ ਚਲਾ ਗਿਆ ਅਤੇ ਜਦੋਂ ਅੰਦਰ ਜਾਂਦਾ ਆ ਇਹਨਾਂ ਤਿੰਨਾਂ ਜੀਆਂ ਨੂੰ ਗੱਡੇ 'ਤੇ ਬੰਨੇ ਹੋਏ ਜਿੱਦਾਂ ਉੱਦਾਂ ਹੀ ਨਰੜਿਆ ਆ, ਦਾਦੀ ਮਾਂ ਨੂੰ, ਨਿੱਕੀਆਂ ਜਿੰਦਾਂ ਨੂੰ, ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਸਮੇਂ ਉਹਨੂੰ ਖਾਲੀ ਕੀਤਾ ਗਿਆ, ਸੈਂਟਰ ਜੇਲ੍ਹ ਸੀ ਪਹਿਲਾਂ, ਪਰ ਅਜੇ ਤੱਕ ਅੰਦਰ ਕੋਈ ਸਥਾਨ ਨਹੀਂ। ਮੈਂ ਦੋ ਵਾਰੀ ਉਹਦੀ ਖੋਜ ਦੇ ਵਿੱਚ ਅੰਦਰ ਗਿਆ ਅਤੇ ਉਦੋਂ ਜਦੋਂ ਗੱਡਾ ਚੱਲਿਆ ਫਿਰ ਸਰਹੰਦ ਦੀਆਂ ਬਰੂਹਾਂ 'ਤੇ ਜਾ ਕੇ ਖੜ ਗਿਆ, ਪਿੱਪਲ ਦੇ ਦਰੱਖਤ ਦੇ ਥੱਲੇ। ਪਿੱਪਲ ਦੇ ਦਰੱਖਤ ਦੇ ਥੱਲੇ ਜਿਹੜਾ ਸਰਹੰਦ ਦਾ ਕਿਲ੍ਹਾ ਆ ਉਹਦਾ ਜਿਹੜਾ ਸੀਨੀਅਰ ਅਫਸਰ ਆ ਉੱਥੇ ਉਹਦਾ ਦਫ਼ਤਰ ਆ, ਉੱਥੇ ਉਹਦੀ ਰਿਹਾਇਸ਼ ਆ, ਅਤੇ ਉੱਥੋਂ ਫਿਰ ਉਹਨਾਂ ਨੇ ਅੱਗੇ ਸੁਨੇਹਾ ਵਜ਼ੀਰ ਖਾਨ ਨੂੰ ਭੇਜਿਆ ਵੀ ਗੁਰੂ ਦੀ ਮਾਂ ਨੂੰ, ਬੱਚਿਆਂ ਨੂੰ ਅਸੀਂ ਲੈ ਆਏ ਹਾਂ। ਅਤੇ ਵਜ਼ੀਰ ਖਾਂ ਫਿਰ ਉੱਥੋਂ ਹੀ ਹਦਾਇਤ ਕਰ ਦਿੰਦਾ ਗੁਰੂ ਦੀ ਮਾਂ ਨੂੰ ਠੰਡੇ ਬੁਰਜ ਭੇਜ ਦਿਓ ਅਤੇ ਬੱਚਿਆਂ ਨੂੰ ਮੇਰੇ ਕੋਲ ਲੈ ਆਓ ਗੁਰੂ ਦੇ। ਅਤੇ ਪਹਿਲੀ ਪੇਸ਼ੀ 11 ਪੋਹ ਦੀ ਪਹਿਲੇ ਦਿਨ ਹੋ ਜਾਂਦੀ ਆ। ਪੰਡਿਤ ਤਾਰਾ ਸਿੰਘ ਨਰੋਤਮ ਦਾ ਜ਼ਿਕਰ ਹੈ ਕਿ ਸੰਮਤ 1762 ਮੇਂ 9 ਬਰਸ ਕੀ ਅਵਸਥਾ ਮੇਂ ਜੁਝਾਰ ਸਿੰਘ ਜੀ ਔਰ 7 ਬਰਸ ਕੀ ਅਵਸਥਾ ਮੇਂ ਫਤਿਹ ਸਿੰਘ ਜੀ ਸੂਬੇ ਵਜ਼ੀਰ ਖਾਨ ਨੇ ਕਤਲ ਕਰਵਾਏ। ਪੋ ਪ੍ਰਵਿਸ਼ਟੇ ਤੀਨ ਕੋ ਮੰਗਲਵਾਰ ਸਵਾ ਪਹਿਰ ਦਿਨ ਚੜੇ ਕਿਲੇ ਕੀ ਨੀਂਹ ਮੇਂ ਚਿਨਾਈ। ਉਹੀ ਜਗ੍ਹਾ ਗੁਰਦੁਆਰਾ ਫਤਿਹਗੜ੍ਹ ਬਣਾ ਹੈ। ਬੱਚਿਆਂ ਨੂੰ ਜਦੋਂ ਉਹਨਾਂ ਨੇ ਇਸਲਾਮ ਕਬੂਲ ਨਹੀਂ ਕੀਤਾ ਅਤੇ ਗੁੱਸੇ 'ਚ ਵਜ਼ੀਰ ਖਾਨ ਨੇ ਸੂਬੇ ਨੇ ਇਹ ਹੁਕਮ ਦਿੱਤਾ ਕਿ ਇਹਨਾਂ ਦੇ ਪੈਰ ਹੱਥ ਪਿੱਛੇ ਬੰਨ੍ਹ ਦਿਓ ਅਤੇ ਇਹਨਾਂ ਨੂੰ ਪਿੱਪਲ ਨਾਲ ਲੋੜ ਦਿਓ। ਉਹ ਪਿੱਪਲ ਜਿਹੜਾ ਸੀ ਉਹ ਅਸੀਂ ਬਚਪਨ 'ਚ ਦੇਖਿਆ, ਉਹ ਪਿੱਪਲ ਇਸ ਗੁਰਦੁਆਰਾ ਸਾਹਿਬ ਦੇ ਵਿਹੜੇ 'ਚ ਸੀਗਾ ਜਿੱਥੇ ਕਿਸੇ ਵੇਲੇ ਨਿਹੰਗਾਂ ਦੀ ਬਗੀਚੀ ਵੀ ਹੁੰਦੀ ਸੀ, ਉੱਥੇ ਨੀਲੇ ਰੰਗ ਦਾ ਇੱਕ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਸੀ। ਉਸ ਪਿੱਪਲ ਨਾਲ ਲੋੜ ਕੇ ਫਿਰ ਉਹਨੇ ਕਿਹਾ ਇਹਨਾਂ ਦੇ ਗਲੇਲੇ ਮਾਰੋ, ਪੀਪਲ ਬੰਨ ਗੁਲੇਲੇ ਮਾਰੇ, ਇਹ ਉਹਦੇ 'ਚ ਜ਼ਿਕਰ ਆਉਂਦਾ ਹੈਗਾ ਕਥਾ ਗੁਰੂ ਜੀ ਕੇ ਸੂਤਨ ਦੀ। ਇਹ ਵੀ ਕਿਹਾ ਵੀ ਆਉਣ ਸਾਰ ਜਦੋਂ ਉਹਨਾਂ ਨੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬੇ ਨੂੰ, ਅਤੇ ਸੂਬਾ ਉਸੇ ਵੇਲੇ ਕ੍ਰੋਧਿਤ ਹੋ ਗਿਆ ਸੀ। ਉਸ ਤੋਂ ਬਾਅਦ ਉਹਨੇ ਕਿਹਾ ਵੀ ਇਹਨਾਂ 'ਤੇ ਖਮਚੀ ਫੇਰੋ। ਖਮਚੀ ਹੁੰਦੀ ਆ ਛਾਂਟਾ ਜਿਹੜਾ ਘੋੜਿਆਂ ਨੂੰ ਦੜਾਉਣ ਲਈ ਵਰਤਿਆ ਜਾਂਦਾ। ਉਹ ਛਾਂਟੇ ਪਹਿਲਾਂ ਜਿਹੜਾ ਉਹਨਾਂ 'ਤੇ ਅਟੈਕ ਹੋਇਆ ਉਹ ਫਿਰ ਉਹਨਾਂ 'ਤੇ ਛਾਂਟਿਆਂ ਨਾਲ ਬੱਚਿਆਂ ਦੀ ਕੁਟਾਈ ਕੀਤੀ। ਉਹਨਾਂ ਨੂੰ ਕਿਹਾ ਜਾਂਦਾ ਸੀ ਕੁੱਟ ਕੁੱਟ ਕੇ ਕਿ ਤੁਸੀਂ ਕਹੋ ਸਲਾਮਾਲੇਕਮ, ਸਲਾਮ ਕਹੋ, ਲੇਕਿਨ ਉਹ ਟਸ ਤੋਂ ਮਸ ਨਹੀਂ ਹੋਏ, ਉਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਰਹੇ। ਉਸ ਤੋਂ ਬਾਅਦ ਉਹਨੇ ਕਿਹਾ ਇਹਨਾਂ ਨੂੰ ਨੂੜ ਦਿਓ ਪਿੱਪਲ ਨਾਲ, ਫਿਰ ਕਿਹਾ ਇਹਨਾਂ ਦੇ ਗਲੇਲਾ ਮਾਰੋ। ਫਿਰ ਉਹ ਗਲੇਲਾ ਮਾਰਦੇ ਸੀ ਜਿਹੜੇ ਦਰਬਾਰੀ ਸੀ, ਅਤੇ ਇੱਕ ਅੱਖ ਜਿਹੜੀ ਸੀ ਇੱਕ ਗੁਲੇਲ ਦਾ ਰੋੜਾ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਹੋਰਾਂ ਦੀ ਸੱਜੀ ਅੱਖ 'ਚ ਵੀ ਲੱਗਿਆ ਔਰ ਉਹਨਾਂ ਦੀ ਅੱਖ ਜਿਹੜੀ ਸੀ ਉਹ ਜ਼ਖਮੀ ਹੋ ਕੇ ਬਾਹਰ ਆ ਗਈ ਸੀ। ਲੇਕਿਨ ਇਹ ਮੈਂ ਜਿਹੜੀ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਪਲ ਪਲ 'ਤੇ ਉਹਨਾਂ ਦੇ ਸਿਦਕ ਦਾ ਇਮਤਿਹਾਨ ਹੋ ਰਿਹਾ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਬਹਿਸ ਦੀਵਾਰਾਂ 'ਚ ਨਹੀਂ ਹੋਈ, ਦੀਵਾਰਾਂ 'ਚ ਉਹਨਾਂ ਨੂੰ ਚਿੜਿਆ ਗਿਆ, ਤਸੀਹੇ ਦਿੱਤੇ ਗਏ, ਲੇਕਿਨ ਦੀਵਾਰ ਦੀ ਤਾਮੀਰ ਮੁਕੰਮਲ ਨਹੀਂ ਸੀ ਹੁੰਦੀ, 3 ਵਾਰ ਗਿਰੀ। ਫਿਰ ਕਾਜ਼ੀ ਨੇ ਸੁੱਚਾਨੰਦ ਨੇ ਆਖਿਆ ਕਿ ਇਹ ਤਾਂ ਕੋਈ ਕਰਾਬਾਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਇਹ ਦੀਵਾਰ ਨਹੀਂ ਚਿਣੀ ਜਾਣੀ, ਇਹਨਾਂ ਕਾਫਰਾਂ ਦੇ ਤੁਹਾਨੂੰ ਸਿਰ ਵੱਢਣੇ ਪੈਣਗੇ। ਔਰ ਜਦੋਂ ਉਹਨੇ ਗੱਲ ਕੀਤੀ ਤਾਂ ਜਿਹੜਾ ਕਾਜ਼ੀ ਸੀ ਜਿਹੜਾ ਸ਼ਰੀਅਤ ਦੇ ਸਬਕ ਦੇ ਮੁਤਾਬਕ ਦੱਸਦਾ ਸੀ ਵੀ ਕਿਵੇਂ ਸ਼ਹੀਦ ਕਰਨਾ, ਉਹਨੇ ਕਿਹਾ ਕਿ ਇਹਨਾਂ ਦੀ ਮੌਤ ਹੋ ਚੁੱਕੀ ਹੈ, ਇਸ ਕਰਕੇ
ਕੋਈ ਕਿਸੇ ਡੈੱਡ ਬੋਡੀ 'ਤੇ ਪ੍ਰਹਾਰ ਨਹੀਂ ਕੀਤਾ ਜਾ ਸਕਦਾ, ਉਹਦੇ 'ਤੇ ਕੋਈ ਹਥਿਆਰ ਨਹੀਂ ਵਰਤਿਆ ਜਾ ਸਕਦਾ। ਫਿਰ ਬੱਚਿਆਂ ਦੇ ਪੈਰਾਂ 'ਚ ਤੇਲ ਚੱਸਿਆ ਗਿਆ, ਕੋਸਾ ਤੇਲ ਚੱਸ ਕੇ, ਅਤੇ ਫਿਰ ਉਹਨਾਂ ਦੇ ਸਰੀਰ 'ਚ ਹਰਕਤ ਆਈ, ਕਿਉਂਕਿ ਕਿੰਨੇ ਦਿਨਾਂ ਦੇ ਭੁੱਖੇ ਸੀ, ਇੰਨੀ ਠੰਡ ਸੀ। ਜਦੋਂ ਦੀਵਾਰ 'ਚ ਚਿਣੇ ਗਏ, ਕੱਪੜੇ ਵੀ ਭਿੱਜੇ, ਗਾਰਾ ਵੀ ਠੰਡਾ ਸੀ, ਇੱਟਾਂ ਵੀ ਠੰਡੀਆਂ ਸੀ, ਅਤੇ ਤੀਜੀ ਵਾਰ ਜਦੋਂ ਦੀਵਾਰ ਗਿਰੀ ਆ ਤਾਂ ਬੱਚੇ ਬੇਹੋਸ਼ੀ ਦੀ ਹਾਲਤ ਸਨ, ਅਤੇ ਉਹਨਾਂ ਨੇ ਸੋਚਿਆ ਵੀ ਸ਼ਾਇਦ ਉਹ ਸ਼ਹੀਦ ਹੋ ਚੁੱਕੇ ਨੇ। ਲੇਕਿਨ ਜਦੋਂ ਪੈਰਾਂ 'ਚ ਤੇਲ ਚੱਸਿਆ, ਫਿਰ ਉਹਨਾਂ ਦੇ ਸਰੀਰ 'ਚ ਥੋੜ੍ਹੀ ਹਰਕਤ ਆਈ। ਉਸ ਤੋਂ ਬਾਅਦ ਫਿਰ ਇਹ ਹੁਕਮ ਦਿੱਤਾ ਵਜੀਦ ਖਾਨ ਨੇ ਕਿ ਇਹ ਕਾਫਰ ਬੱਚੇ ਨੇ, ਇਹਨਾਂ ਦੇ ਸਿਰ ਜਿਹੜੇ ਨੇ ਇਹ ਕੱਟ ਦਿੱਤੇ ਜਾਣ। ਫਿਰ ਸ਼ਾਸ਼ਨ ਬੇਗ ਅਤੇ ਬਾਸ਼ਨ ਬੇਗ ਦੋ ਜਲਾਦ ਸਨ ਜਿਨ੍ਹਾਂ ਨੇ ਕਟਾਰ ਦੇ ਨਾਲ ਬੱਚਿਆਂ ਦੇ ਸੀਸ ਜਿਹੜੇ ਸੀ ਉਹ ਧਰ ਤੋਂ ਜੁਦਾ ਕੀਤੇ। ਪਲ ਪਲ ਕੰਧਾਂ ਡਾਡੀਆਂ ਹੋਣ ਤਨਾ ਤੇ ਤੰਗ ਜਾਣੇ ਫਤਵੇ ਸ਼ਰਾ ਦੇ ਪਰ ਜਲਾ ਤਾਂ ਕੰਮ। ਸ਼ਹਿਰ ਸਰਹੰਦ ਦੇ ਦੁਆਲੇ ਜੋ ਕੰਧ ਸੀ ਉਸ ਵਿੱਚ 8 ਬੁਰਜ ਸਨ। ਇਹਨਾਂ ਵਿੱਚੋਂ 7 ਬੁਰਜ ਸਿੰਘਾਂ ਨੇ ਢਾ ਦਿੱਤੇ। ਭਾਈ ਵਿਸਾਖਾ ਸਿੰਘ ਮੁਤਾਬਕ ਇਹ 8ਵਾਂ ਬੁਰਜ ਨਹੀਂ ਢਾਇਆ। ਇਹ ਬੁਰਜ 140 ਫੁੱਟ ਉੱਚਾ ਸੀ ਅਤੇ ਹੰਸਲਾ ਨਦੀ ਦੇ ਕੰਢੇ ਹੋਣ ਕਰਕੇ ਠੰਡਾ ਰਹਿੰਦਾ ਸੀ। ਇਸ ਦੀ ਤਾਮੀਰ ਜਿਹੜੀ ਹੈ ਉਹ 14ਵੀਂ ਸਦੀ 'ਚ ਹੋਈ। ਇਹ ਜਿਹੜਾ ਕਿਲ੍ਹਾ ਵੀ ਸੀ ਇਹਦੇ ਨਾਲ ਕਿਲ੍ਹਾ ਸੀ, ਜਿਹੜਾ ਫਿਰ 18ਵੀਂ ਸਦੀ 'ਚ ਸੂਬੇ ਦੀ ਕਚਹਿਰੀ ਬਣਿਆ। ਉਸ ਤੋਂ ਪਹਿਲਾਂ ਇਹ ਗਵਰਨਰ ਦੀ ਸੀਟ ਨਹੀਂ ਸੀ, ਇਹ ਗਵਰਨਰ ਲਾਹੌਰ ਦੇ ਅੰਡਰ ਸੀ, ਇੱਥੇ ਸ਼ਾਸਕ ਲੱਗਦਾ ਸੀ, ਐਡਮਿਨਿਸਟ੍ਰੇਟਰ ਲਾਉਂਦੇ ਸਨ, ਅਤੇ ਉਹ ਗਵਰਨਰ ਲਾਹੌਰ ਦੇ ਅਧੀਨ ਸੀ। ਉਸ ਤੋਂ ਬਾਅਦ ਇਹਨੂੰ ਫਿਰ ਫੁੱਲ ਫਲੈਜਡ ਸੂਬੇ ਦਾ ਜਿਹੜਾ ਸੀ ਦਰਜਾ ਦਿੱਤਾ ਗਿਆ। ਇਹ ਗਿਆਸੂਦੀਨ ਬਲਬਨ ਜਿਹੜਾ ਤੁਗਲਕ ਖਾਨਦਾਨ ਦਾ ਪਹਿਲਾ ਸੁਲਤਾਨ ਸੀ, ਉਸਨੇ ਇਸ ਦੀ ਤਾਮੀਰ ਕਰਾਈ। ਠੰਡਾ ਬੁਰਜ ਜਿਹੜਾ ਸੀ ਉਹਦੇ 'ਚ ਸਰਦੀਆਂ 'ਚ ਠਹਿਰਨਾ ਬਹੁਤ ਔਖਾ ਸੀ, ਉਹ ਇੰਨਾ ਠੰਡਾ ਸੀ। ਜਦੋਂ ਆਪਾਂ ਠੰਡੇ ਬੁਰਜ ਨੂੰ ਜਾਂਦੇ ਹਾਂ, ਇਸ ਪਾਸੇ ਇੱਕ ਖੂਹ ਹੁੰਦਾ ਸੀ, ਖੂਹ ਦੀਆਂ ਇੱਟਾਂ ਪੁੱਟਦਿਆਂ ਪੁੱਟਦਿਆਂ ਹੇਠੋਂ ਇੱਕ ਗੋਲ ਗਲਾ ਨਿਕਲਿਆ, ਜਿਹਦੇ ਦੂਰ ਤੱਕ ਜਦੋਂ ਨਿਗਾਹ ਮਾਰੀ, ਇੱਕ ਬਾਂਸ ਮਾਰਿਆ ਅਤੇ ਉਹ ਰਸਤਾ ਸਿੱਧਾ ਜਿਹੜੀ ਖੋਲ ਖਾਲੀ ਥਾਂ ਸੀ ਉਹ ਜਿੱਥੇ ਅੱਜ ਜਿਹਨੂੰ ਅਸੀਂ ਸ਼ਹੀਦੀ ਦੀਵਾਰ ਕਹਿੰਦੇ ਹਾਂ ਉੱਥੋਂ ਤੱਕ ਪਹੁੰਚਦਾ। ਉਹ ਬੰਦੇ ਅੱਜ ਵੀ ਮੌਜੂਦ ਨੇ, ਮੈਂ ਬਜ਼ੁਰਗਾਂ ਨੂੰ ਮਿਲ ਕੇ ਬਹੁਤ ਕੁਝ ਉਹਨਾਂ ਕੋਲ ਤੱਥ ਲਏ ਆ, ਜਿਨ੍ਹਾਂ ਨੇ ਆਪਣੇ ਹੱਥੀਂ ਉਹ ਥਾਂ ਨੂੰ ਫਿਰ ਪੁੱਟ ਕੇ ਪ੍ਰਗਟ ਕੀਤਾ। ਉਹ ਥੜਾ ਨਿਕਲਿਆ ਉੱਥੋਂ, ਜਿਹੜਾ ਥੜਾ ਸ਼ਾਇਦ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਬਣਾਇਆ ਹੋਵੇਗਾ, ਜਿਹੜਾ ਅੱਜ ਵੀ ਜਿਹਦੇ ਉੱਤੇ ਸ਼ਸਤਰ ਸੋਭਦੇ ਅਗਲੇ ਪਾਸੇ। ਪਾਣੀ ਅੱਗੇ ਬੋਕੀਆਂ ਨਾਲ ਉੱਪਰ ਚੜ੍ਹਾ ਕੇ ਮਿੱਟੀ ਦੇ ਚੈਨਲ ਸੀ ਜਿਹੜੇ ਬੁਰਜ ਦੀਆਂ ਦੀਵਾਰਾਂ ਦੇ ਵਿੱਚ ਚਾਰੇ ਪਾਸੇ ਸੀਗੇ, ਜਿਵੇਂ ਆਮ ਖਾਸ ਬਾਗ ਵਿੱਚ ਵੀ ਮੌਜੂਦ ਨੇ, ਉਹਨਾਂ 'ਚ ਹੀ ਠੰਡਾ ਪਾਣੀ ਗੁਜ਼ਾਰਿਆ ਜਾਂਦਾ ਸੀ ਤਾਂ ਕਿ ਉਹ ਬੁਰਜ ਜਿਹੜਾ ਹੈਗਾ ਉਹਦੀਆਂ ਦੀਵਾਰਾਂ ਠੰਡੀਆਂ ਰਹਿਣ। ਸੋ ਮੈਂ ਦੱਸ ਰਿਹਾ ਸੀ ਵੀ ਇਹਦਾ ਪਹਿਲਾ ਮਹਿਮਾਨ ਗਰਮੀਆਂ ਦੀ ਰੁੱਤ ਦਾ ਗਿਆਸੂਦੀਨ ਬਲਬਨ ਸੀ, ਅਤੇ ਆਖਰੀ ਮਹਿਮਾਨ ਸਰਦੀਆਂ ਦੀ ਰੁੱਤ ਦੇ ਉਹ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਸਨ। ਦੋਹਰਾ ਤਿੰਨ ਤੁਰਕਨ ਕੋ ਯੋ ਕਹਿਓ ਯਾਂ ਕੋ ਸੁਨੋ ਪਾਏ। ਉਸਨੇ ਤੁਰਕਾਂ ਨੂੰ ਇਉਂ ਕਿਹਾ ਵੀ ਇਸ ਦਾ ਉਪਾਉ ਸੁਣੋ ਜੀ। ਜੇ ਜਾਗਿਆ ਗੁਰਸੁਤ ਬਦੇ ਤਾਹੇ ਜਗਿਆ ਦਿਓ ਬਣਾਏ। ਕਹਿੰਦੇ ਵੀ ਜਿਸ ਥਾਂ ਤੇ ਗੁਰੂ ਕੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਨ
ਉੱਥੇ ਉਹਨਾਂ ਸ਼ਹੀਦਾਂ ਦਾ ਅਸਥਾਨ ਬਣਾ ਦਿਓ, ਉੱਥੇ ਕੋਈ ਥੜਾ ਆਦਿਕ ਬਣਾ ਦਿਓ ਉਹਨਾਂ ਦੀ ਯਾਦ ਵਿੱਚ। ਸ਼ਹੀਦੀ ਵਾਲਾ ਸਥਾਨ ਜਿਹਨੂੰ ਕੁਝ ਸਿੱਖ ਭੋਰਾ ਸਾਹਿਬ ਵੀ ਕਹਿੰਦੇ ਆ, ਬੇਸਿਕਲੀ ਉਹ ਭੋਰਾ ਨਹੀਂ ਹੈ, ਉਹ ਧਰਤੀ ਦੀ ਸਤਾ ਆ, ਕਿਉਂਕਿ ਆਲੇ ਦੁਆਲੇ ਜ਼ਮੀਨ ਜਿਹੜੀ ਬਹੁਤ ਉੱਚੀ ਦਿਸਦੀ ਆ, ਉਹ ਇਸ ਲਈ ਉੱਚੀ ਹੈ ਕਿ ਸਿੱਖਾਂ ਨੇ ਇੱਥੇ ਹਮਲੇ ਕਰਕੇ ਜ਼ੁਲਮੀ ਰਾਜ ਦੇ ਕਿੰਗਰਿਆਂ ਨੂੰ ਮਿੱਟੀ 'ਚ ਮਿਲਾਇਆ। ਇਹ ਟਿੱਬਿਆਂ ਦੇ ਹੇਠਾਂ ਅੱਜ ਵੀ ਪੂਰੀਆਂ ਪੂਰੀਆਂ ਬਿਲਡਿੰਗਾਂ ਜਿਹੜੀਆਂ ਨੇ ਉਹ ਖੋਜੀਆਂ ਜਾ ਸਕਦੀਆਂ ਨੇ। ਜਦੋਂ ਅਸੀਂ ਪਿੱਛੇ ਰਸਤਾ ਬਣਾਇਆ ਸੀ ਸ਼ਹੀਦੀ ਸਥਾਨ ਤੋਂ, ਉਹ ਪੂਰੀਆਂ ਬਿਲਡਿੰਗਾਂ ਅੱਜ ਵੀ ਮੌਜੂਦ ਨੇ। ਕਦੀ ਕੌਮ ਦੇ ਵਾਰਸਾਂ ਨੂੰ ਲੋੜ ਪਏਗੀ ਅਤੇ ਇੱਕ ਇੱਕ ਇੱਟ ਇੱਕ ਇੱਕ ਦੀਵਾਰ ਐਵੀਡੈਂਸ ਹੈ ਉਸ ਵਕਤ ਦਾ, ਉਹ ਅੱਜ ਵੀ ਇੱਥੇ ਇਸ ਧਰਤੀ ਹੇਠਾਂ ਦਫ਼ਨ ਨੇ ਉਸ ਰਾਜ ਦੇ ਜਿਹੜੇ ਜ਼ੁਲਮੀ ਕਿੰਗਰੇ ਸਨ। ਸਭ ਤੋਂ ਪਹਿਲਾਂ ਦੀਵਾ ਆ ਸਰਹੰਦ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ, ਉਹ ਵਜ਼ੀਰ ਖਾਂ ਨੇ ਲਾਇਆ। ਹਾਲਾਂਕਿ ਇਹ ਗੱਲ ਇੱਕੋ ਦਮ ਜੇ ਜਦੋਂ ਅਸੀਂ ਸੁਣਦੇ ਹਾਂ ਜਾਂ ਕਿਤੇ ਪੜ੍ਹਦੇ ਹਾਂ ਜਾਂ ਕਰਦੇ ਹਾਂ ਤਾਂ ਇਹ ਲੱਗਦੀ ਬਹੁਤ ਔਖੀ ਜੀ ਹੈ ਵੀ ਇਹ ਕੈਸੀ ਗੱਲ ਹੋ ਸਕਦੀ ਹੈ ਵੀ ਜਿਹਨੇ ਹੁਕਮ ਦਿੱਤਾ ਨੀਹਾਂ 'ਚ ਚਿਣੇ ਜਾਣ ਦਾ ਉਹਨੇ ਦੀਵਾ ਲਾਇਆ। ਪਰ ਇਹ ਵਰਤਾਰੇ ਉਦੋਂ ਸਮਝ ਆਉਂਦੇ ਆ ਜਦੋਂ ਅਸੀਂ ਭਾਵਨਾ 'ਚ ਜਾ ਕੇ ਸਾਡੇ ਇਤਿਹਾਸ ਨੂੰ, ਬਾਣੀ ਨੂੰ, ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਹਾਂ, ਉਸ ਅਨੁਭਵ 'ਚ ਅਸੀਂ ਉਤਰਦੇ ਹਾਂ। ਸ਼ਹੀਦ ਸਿੰਘ ਧਰਤੀ 'ਤੇ ਆਉਂਦੇ ਨੇ, ਜਦੋਂ ਤੁਸੀਂ ਭਾਈ ਤਾਰੂ ਸਿੰਘ ਵਾਲੀ ਸਾਖੀ ਪੜ੍ਹਦੇ ਹੋ, ਬਾਬਾ ਗੁਰਬਖਸ਼ ਸਿੰਘ ਵਾਲੀ ਸਾਖੀ ਪੜ੍ਹਦੇ ਹੋ, ਭਾਈ ਮਣੀ ਸਿੰਘ ਨੂੰ ਸ਼ਹੀਦ ਸਿੰਘ ਲੈਣ ਆਏ, ਉਸੇ ਤਰੀਕੇ ਪਹਿਲਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਵੇਲੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸ਼ਹੀਦ ਸਿੰਘ ਆਉਂਦੇ ਨੇ, ਉਹ ਤੁਸੀਂ ਕਹਿ ਲਓ ਵੀ ਉਹਨੂੰ ਸੁੱਤੇ ਪਏ ਨੂੰ ਤੰਗ ਕਰਦੇ ਨੇ, ਉਹਨੂੰ ਉਠਾ ਕੇ ਤੰਗ ਕਰਦੇ ਨੇ, ਉਹਨੂੰ ਕੁੱਟ ਕੇ ਮਾਰਦੇ ਨੇ, ਉਹਨੂੰ ਕਿਸੇ ਵੀ ਤਰੀਕੇ ਦੇ ਦੰਡ ਲਾਉਂਦੇ ਨੇ, ਉਹਨੂੰ ਬਹੁਤ ਜ਼ਿਆਦਾ ਉਹ ਤੁਸੀਂ ਕਹਿ ਲਓ ਵੀ ਦਿਮਾਗੀ ਤੌਰ 'ਤੇ ਪਰੇਸ਼ਾਨ ਹੋ ਗਿਆ, ਕਦੇ ਕਾਜ਼ੀਆਂ ਕੋਲ, ਮੁਲਾਣਿਆਂ ਕੋਲ, ਕਦੇ ਵੈਦਾਂ ਕੋਲ, ਕਦੇ ਜਿਹੜਾ ਜ਼ਕਰੀਆ ਖਾਨ ਦਾ ਹਾਲਾਤ ਹੋ ਰਹੇ ਸੀ ਭਾਈ ਤਾਰੂ ਸਿੰਘ ਵੇਲੇ, ਉਦੋਂ ਜ਼ਿਆਦਾ ਭੈੜਾ ਹਾਲਤ ਵਜ਼ੀਰ ਖਾਂ ਦੇ ਹੋਏ ਆ। ਅਤੇ ਉਹਨੂੰ ਉਹਦੇ ਨੇੜੇ ਦੇ ਜਿਹੜੇ ਕੋਈ ਕਾਜ਼ੀ ਮਿਲਾਉਣੇ ਤਾਂ ਬਹੁਤ ਔਖਾ, ਇਹ ਗੱਲ ਨਹੀਂ ਕਹਿੰਦੇ ਸੀ, ਜਿਹੜੇ ਨੇੜੇ ਤੇੜੇ ਦੇ ਕੋਈ ਸੂਫੀ ਸੰਤ ਸੀ ਨਾ, ਉਹਨੂੰ ਕਹਿੰਦੇ ਸੀ ਤੇਰੇ ਹੱਥੋਂ ਪਾਪ ਬਹੁਤ ਵੱਡਾ ਹੋਇਆ, ਜਿਹੜਾ ਤੇਰੇ ਹੱਥੋਂ ਪਾਪ ਹੋਇਆ ਉਹਦੀ ਭਰਪਾਈ ਨਹੀਂ ਰਹਿੰਦੀ ਦੁਨੀਆ ਤੱਕ ਹੋ ਸਕਦੀ, ਇਹ ਤੈਨੂੰ ਝੱਲਣਾ ਪੈਣਾ ਜਿੰਨਾ ਚਿਰ ਕਿਆਮਤ ਦੇ ਦਿਨ ਤੱਕ, ਇਹ ਤੈਨੂੰ ਝੱਲਣੀ ਪੈਣੀ ਹੈ ਗੱਲ, ਲੋਕਾਂ ਨੇ ਕਿਆਮਤ ਤੋਂ ਬਾਅਦ ਝੱਲਣੀ ਹੈ, ਤੂੰ ਕਿਆਮਤ ਤੱਕ ਵੀ ਇਹ ਸਾਰਾ ਕੁਝ ਝੱਲਣਾ। ਪਰ ਉਹ ਕਿਤੇ ਨਾ ਕਿਤੇ ਤੇਰੇ ਮਨ ਨੂੰ ਸ਼ਾਂਤੀ ਆਊਗੀ, ਉਹਨਾਂ ਦੋਵੇਂ ਸ਼ਹੀਦਾਂ ਦੀ ਯਾਦ 'ਚ, ਦੋਵੇਂ ਸਾਹਿਬਜ਼ਾਦਿਆਂ ਦੀ ਯਾਦ 'ਚ ਦੀਵਾ ਜਗਾ। ਪੰਥ ਪ੍ਰਕਾਸ਼ 'ਚ ਸਾਖੀ ਐਂ ਆਉਂਦੀ ਹੈ, ਪਹਿਲਾ ਪ੍ਰਗਟ ਹੋਣਾ ਤੁਸੀਂ ਕਹੋ ਉਸ ਸਥਾਨ ਦਾ, ਉਹ ਵਜ਼ੀਰ ਖਾਂ ਦੇ ਹੱਥੋਂ ਹੀ ਸ਼ਹੀਦ ਸਿੰਘ ਕਰਵਾਉਂਦੇ ਨੇ। ਜ਼ਿਕਰ ਹੈ ਕਿ ਬਿਲਾਸਪੁਰ ਰਾਜ ਮਹਿਲਾਂ 'ਚ ਇੱਕ ਬੀਬੀ ਸੀ ਸੁਹਾਗੋ, ਉਹਦੀ ਧੀ ਸੀ ਭਾਗੋ। ਭਾਗੋ ਸਰਹੰਦ ਵਿਆਹੀ ਗਈ ਤਾਂ ਰਾਹ ਵਿੱਚ ਹੀ ਉਹਦਾ ਡੋਲਾ ਵਜ਼ੀਰ ਖਾਨ ਨੂੰ ਪਹੁੰਚਾ ਦਿੱਤਾ ਗਿਆ। ਵਜ਼ੀਰ ਖਾਨ ਨੇ ਉਹਨੂੰ ਇਸਲਾਮ ਕਬੂਲ ਕਰਵਾਇਆ ਅਤੇ ਨਿਕਾਹ ਕੀਤਾ, ਨਾਮ ਰੱਖਿਆ ਜ਼ੈਨ ਬੁਨੀਸਾ। ਵਜ਼ੀਰ ਖਾਨ ਉਹਨੂੰ ਬੇਗਮ ਜ਼ੈਨਾ ਕਹਿੰਦਾ ਸੀ। ਜ਼ੈਨਾ ਨੇ ਬਿਲਾਸਪੁਰ ਰਿਆਸਤ ਤੋਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਤੇ ਉਹਨਾਂ ਦੇ ਪਰਿਵਾਰ ਬਾਰੇ ਸੁਣਿਆ ਸੀ। ਬੀਬੀ ਜ਼ੈਨਾ ਦਾ ਲਗਾਅ ਸੀ। ਜਦੋਂ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰੀ ਜੀ ਦੀ ਗ੍ਰਿਫਤਾਰੀ ਬਾਰੇ ਬੀਬੀ ਜ਼ੈਨਾ ਨੇ ਸੁਣਿਆ ਤਾਂ ਉਹਨੇ ਵਜ਼ੀਰ ਖਾਨ ਨੂੰ ਤਰਲੇ ਮਾਰੇ ਸਨ। ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਬੀਬੀ ਜ਼ੈਨਾ ਨੇ ਇਸ ਕਹਿਰ ਨੂੰ ਨਾ ਸਹਾਰਦਿਆਂ ਆਤਮ ਤਿਆਗ ਕਰ ਦਿੱਤਾ ਸੀ। ਭਾਈ ਵੀਰ ਸਿੰਘ ਨੇ ਅਪ੍ਰੈਲ 1902 ਈਸਵੀ 'ਚ ਸ੍ਰੀ ਕਲਗੀਧਰ ਚਮਤਕਾਰ 'ਚ ਜ਼ੈਨਾ ਦਾ ਵਿਰਲਾਪ ਲਿਖਿਆ। ਫਤਿਹਗੜ੍ਹ ਸਾਹਿਬ ਨਾਲ ਰੱਖਣ ਵਾਲੀ ਸ਼ਖਸੀਅਤ ਬਾਬਾ ਬੰਦਾ ਸਿੰਘ ਬਹਾਦਰ ਵਾ। ਲੋਹਗੜ੍ਹ ਦੇ ਕਿਲੇ 'ਚੋਂ ਬੰਦਾ ਸਿੰਘ ਬਹਾਦਰ ਨਿਕਲ ਚੁੱਕਿਆ ਸੀ।
ਦੇਸ਼ ਦਾ ਜਿਹੜਾ ਬਾਦਸ਼ਾਹ ਆ ਉਸ ਸਮੇਂ ਬਹਾਦਰ ਸ਼ਾਹ, ਉਹ 60,000 ਫੌਜਾਂ ਲੈ ਕੇ ਸਰਹੰਦ ਵੱਲੋਂ ਆ ਰਿਹਾ ਵੀ ਸਰਹੰਦ 'ਤੇ ਕਬਜ਼ਾ ਕਰੀਏ, ਵੀ ਸਰਹੰਦ ਖੁੱਸ ਗਈ ਇੱਥੋਂ ਸਾਡੇ। ਅਤੇ ਦੁਆਬੇ ਦਾ ਜਿਹੜਾ ਫੌਜਦਾਰ ਆ ਸ਼ਮਸ਼ਖਾਂ, ਉਹ ਇੱਧਰੋਂ ਫੌਜਾਂ ਲੈ ਕੇ ਜਾ ਰਿਹਾ ਆ। ਜਿੱਦਣ ਇਹਨਾਂ ਨੇ ਹਮਲਾ ਕੀਤਾ 12 ਮਈ 1710 ਵਿੱਚ ਸਿੰਘਾਂ ਦੇ ਕੋਲ ਕਾਬਜ਼ ਹੋਈ ਬੰਦਾ ਸਿੰਘ ਬਹਾਦਰ ਦੇ ਕੋਲ ਸਰਹੰਦ, ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਅਕਤੂਬਰ ਦੇ ਮਹੀਨੇ ਦੇ ਵਿੱਚ ਸ਼ਮਸ਼ ਖਾਨ ਜਿੱਦਣ ਹਮਲਾ ਕਰਦਾ ਸਰਹੰਦ 'ਤੇ, ਬਾਜ ਸਿੰਘ ਕਿਤੇ ਗਿਆ ਹੋਇਆ ਆ, ਕਿਲ੍ਹੇ 'ਚ ਸ਼ਾਮਲ ਨਹੀਂ, ਉੱਦਣ ਕਿਲ੍ਹੇ 'ਚ ਨਹੀਂ ਆਇਆ, ਸਿੰਘਾਂ ਦੀ ਗਿਣਤੀ ਉਨੀ ਜ਼ਿਆਦਾ ਨਹੀਂ ਸੀ ਅੰਦਰ, ਸਿੰਘਾਂ ਨੇ ਸ਼ਹੀਦੀਆਂ ਤਾਂ ਬਹੁਤ ਪਾਈਆਂ, ਪਰ ਸ਼ਮਸ਼ ਖਾਨ ਕਾਬਜ਼ ਹੋ ਗਿਆ ਉੱਥੇ, ਸਰਹੰਦ 'ਤੇ ਕਾਬਜ਼ 4 ਮਹੀਨਿਆਂ ਬਾਅਦ ਹੀ ਕਾਬਜ਼ ਹੋ ਗਿਆ। ਹੁਣ ਜਦੋਂ ਸ਼ਮਸ਼ ਖਾਨ ਕਾਬਜ਼ ਹੋ ਗਿਆ, ਬਹਾਦਰ ਸ਼ਾਹ ਨੇ ਬੜੀ ਇਹਦੀ ਸ਼ਲਾਘਾ ਕੀਤੀ ਵੀ ਲੈ ਵੀ ਤੂੰ ਪਹਿਲਾਂ ਹੀ ਹਮਲਾ ਕਰ ਦਿੱਤਾ। ਜਦੋਂ ਸ਼ਮਸ਼ ਖਾਨ ਉੱਤੇ ਕਾਬਜ਼ ਹੋ ਗਿਆ ਤਾਂ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ ਬੰਦਾ ਸਿੰਘ ਬਹਾਦਰ ਵਾਲਾ, ਜਿਹੜਾ ਫਤਿਹਗੜ੍ਹ ਸਾਹਿਬ ਆ। ਹੁਣ ਉਹਨੂੰ ਹਟਾਉਂਦਾ ਕਿਉਂ ਨਹੀਂ, ਉਹਨੂੰ ਇਹ ਗੱਲ ਦੀ ਬੜਾ ਕਲੀਅਰ ਵਾ ਵੀ ਸਾਰਿਆਂ ਨੇ ਉਹਨੂੰ ਦੱਸਿਆ ਵੀ ਬਜੀਤ ਖਾਨ ਦੇ ਸੂਲ ਹੁਣੋਂ ਨਹੀਂ ਸੀ ਹਟਦਾ, ਇਸ ਡਰ ਭੈ ਤੋਂ ਵੀ ਮੇਰੇ ਕਿਤੇ ਇੱਦਾਂ ਦੀ ਮੇਰੀ ਦਸ਼ਾ ਨਾ ਹੋ ਜਾਵੇ। ਸ਼ਮਸ਼ ਖਾਨ ਨੇ ਫਿਰ ਉਹ ਗੁਰਦੁਆਰਾ ਸਾਹਿਬ ਬਣੇ ਹੋਏ ਨੂੰ ਢਾਇਆ ਨਹੀਂ, ਉਹਨੇ ਮਿੱਟੀ 'ਚ ਦਫਨ ਕਰ ਦਿੱਤਾ। ਮਿੱਟੀ 'ਚ ਦਫਨ ਕਰਨ ਤੋਂ ਬਾਅਦ ਫਿਰ 1764 ਤੱਕਰ ਉਦੋਂ ਅਗਲਾ ਨਵਾਬ ਜੈਨ ਖਾਨ ਬਣਦਾ। 1764 'ਚ ਜੈਨ ਖਾਨ ਸੀ ਉੱਥੇ। 1764 ਦਾ ਸਮਾਂ ਆਇਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਅਕਾਲ ਤਖਤ ਸਾਹਿਬ 'ਤੇ ਫੈਸਲਾ ਲਿਆ, ਉਹ ਕਹਿੰਦੇ ਸਭ ਤੋਂ ਪਹਿਲਾਂ ਸਰਹੰਦ ਸੋਧੀਏ। ਬਾਬਾ ਅੱਲਾ ਸਿੰਘ ਵੀ ਸਹਿਮਤ ਹੋਇਆ, 12 ਮਿਸਲਾਂ ਬਿਲਕੁਲ ਤਿਆਰਪੁਰ ਤਿਆਰ ਹੋਈਆਂ। ਇਹ ਨਹੀਂ ਮਿੱਥਿਆ ਵੀ ਤੁਸੀਂ ਕਿਹੜੇ ਕਿਹੜੇ ਅਲੱਗ ਹਿੱਸਿਆਂ 'ਚੋਂ ਹਮਲਾ ਕਰੋਗੇ। ਜੈਨ ਖਾਨ ਨੂੰ ਇਹਨੀ ਮਾਰਿਆ, ਸਰਹੰਦ 'ਤੇ ਹਮਲ ਸਰਹੰਦ ਫਤਿਹ ਕੀਤੀ। ਇਹਨਾਂ ਦੇ ਮਨ 'ਚ ਰੋਸ ਇਹ ਸੀ ਗੁਰੂ ਮਾਰੀ ਸਰਹੰਦ ਨੂੰ ਢਾਉਣਾ ਜ਼ਰੂਰ ਆ। ਕਿਲ੍ਹਾ ਢਾ ਕੇ ਫਿਰ ਸਾਰੇ ਜਾਣੇ ਇਕੱਠੇ ਹੋਏ ਵੀ ਆਪਾਂ ਸਭ ਤੋਂ ਪਹਿਲਾਂ ਇਹ ਕੰਮ ਕਰੀਏ ਵੀ ਇੱਥੇ ਸ਼ਹੀਦੀ ਅਸਥਾਨ ਬਣਾਈਏ। ਫਿਰ ਇਹਨਾਂ ਨੇ ਬਿਰਧ ਬਾਬੇ ਇਕੱਠੇ ਕੀਤੇ, ਬਿਰਧ ਬਾਬਿਆਂ ਨੂੰ ਪੁੱਛਿਆ, ਬਿਰਧ ਬਾਬਿਆਂ ਨੇ ਅੱਖੀਂ ਦੇਖੀ ਸੀ ਸਾਰੀ ਗੱਲ ਵੀ ਮਰਿੰਡੇ ਵੱਲੋਂ ਗੱਡੇ 'ਤੇ ਜਦੋਂ ਲੈ ਕੇ ਆ, ਪਿੱਪਲ ਦੇ ਥੱਲੇ ਗੱਡਾ ਖੜ੍ਹਦਾ ਆ, ਆਹ ਠੰਡਾ ਬੁਰਜ ਆ, ਆਹ ਸ਼ਹੀਦੀ ਅਸਥਾਨ ਆ, ਅਤੇ ਇੱਥੇ ਉਹਨਾਂ ਦੀਆਂ ਸਰੀਰਾਂ ਨੂੰ ਸੁੱਟਿਆ ਗਿਆ, ਇੱਥੇ ਜੋਤੀ ਸਰੂਪ ਉਹਨਾਂ ਦੇ ਸੰਸਕਾਰ ਕੀਤੇ ਗਏ। ਉਹਨਾਂ ਨੇ ਫਿਰ ਕਿਲ੍ਹੇ ਦਾ ਤਾਂ ਮਲਬਾ ਬਹੁਤ ਇਕੱਠਾ ਉੱਪਰ ਹੋ ਚੁੱਕਿਆ ਸੀ ਟੈਟੇਰੀ ਹੋ ਕੇ, ਉਹਨਾਂ ਬਜ਼ੁਰਗਾਂ ਨੇ ਫਿਰ ਦੱਸਿਆ ਜੱਸਾ ਸਿੰਘ ਆਹਲੂਵਾਲੀਆ ਸਰਦਾਰਾਂ ਨੂੰ ਵੀ ਆਹ ਥਾਂ ਆ ਉਹ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਵੀ ਇਹਦੇ ਥੱਲੇ ਹੁਣ ਦੱਬ ਹੋ ਗਈ ਆ। ਆ ਜਲਾ ਤਾਂ ਪੁੱਟੀਆਂ ਨਿਹਾ ਕਿਲੇ ਦੇ ਨਾਲ, ਕੰਧਾਂ ਦੇ ਵਿੱਚ ਕੁੱਟਣੇ ਸ਼ੇਰ ਖੋਰ ਦੋ ਬਾਲ। ਇਹਨਾਂ ਨੇ ਕੀ ਕੀਤਾ ਫਿਰ ਉਸੇ ਸਥਾਨ ਦੀ ਨਿਸ਼ਾਨਦੇਹੀ ਕਰਕੇ ਉੱਪਰ ਥੜਾ ਸਾਹਿਬ ਬਣਾ ਦਿੱਤਾ, ਸਿੰਘ ਨਿਯੁਕਤ ਕਰ ਦਿੱਤੇ, ਕੀਰਤਨੀਆਂ ਨਿਯੁਕਤ ਕਰਤੇ, ਉਹਨਾਂ ਜਗੀਰ ਲਾ ਦਿੱਤੀ। ਹੁਣ ਜਦੋਂ ਸਰਹੰਦ ਦੀ ਵੰਡ ਹੋਣ ਲੱਗੀ ਵੀ 28 ਪਰਗਣੇ ਸੀ, 28 ਜ਼ਿਲ੍ਹੇ ਸੀ ਇਹਦੇ, ਅਤੇ ਉਹਦੇ ਵਿੱਚ ਉਹ ਕੋਈ ਲੈਣ ਨੂੰ ਸਰਹੰਦ ਨੂੰ ਤਿਆਰ ਨਾ ਹੋਵੇ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਫਿਰ ਕਿਹਾ ਵੀ ਜਿੰਨੇ ਜਥੇਦਾਰ ਆਪਾਂ ਸਾਰੇ ਜਾਣੇ ਇੱਥੇ ਖੜ੍ਹ ਜਾਂਦੇ ਹਾਂ, ਜਿਹੜੇ ਸਿੱਖ ਬੱਸੋਂ, ਇੱਥੇ ਸਿੱਖ ਬੱਸੋਂ ਬਹੁਤ ਸੀ, 1400 ਘਰ ਸਿੱਖਾਂ ਦੇ ਬੱਸਦੇ ਸੀ, ਹਿੰਦੂਆਂ ਦੇ ਪਾ ਕੇ 2100 ਘਰ ਬੱਸਦੇ ਸੀ, ਉਹਨਾਂ ਸਾਰਿਆਂ ਨੂੰ ਇਕੱਠੇ ਕੀਤਾ ਵੀ ਤੁਹਾਡੇ 'ਚੋਂ ਜਿਹੜੇ ਸਿਆਣੇ ਬਜ਼ੁਰਗ ਆ, ਅਸੀਂ ਆਹ 12 ਜਥੇਦਾਰ ਖੜ੍ਹੇ ਹਾਂ, ਤੁਸੀਂ ਕਿਹਦੇ ਨਾਲ ਰਹਿਣਾ ਪਸੰਦ ਕਰੋਗੇ? ਉਹਨਾਂ 'ਚੋਂ ਇੱਕ ਸਿੰਘ ਦਾ ਨਾਂ ਆ ਜਥੇਦਾਰ ਦਾ, ਭਾਈ ਬੁੱਢਾ ਸਿੰਘ, ਉਹਨਾਂ 'ਚ ਹਲੀਮੀ ਬੜੀ ਆ, ਭਾਈ ਕੇ ਪਰਿਵਾਰਾਂ 'ਚੋਂ ਆ, ਭਾਈ ਭਗਤੂ ਦੀ ਵੰਸ਼ ਵਿੱਚੋਂ ਆ। ਉਹ ਬਜ਼ੁਰਗਾਂ ਨੇ ਉੱਥੋਂ ਰਹਿਣ ਵਾਲੇ ਲੋਕਾਂ ਨੇ ਉਹਦੇ ਪੱਲੇ ਨੂੰ, ਉਹਦੇ ਚੋਲੇ ਨੂੰ ਫੜ ਲਿਆ, ਸਰਹੰਦ ਉਹਨੂੰ ਦੇ ਦਿੱਤੀ।
ਜਿੱਥੇ ਹੁਣ ਜੱਸਾ ਸਿੰਘ ਆਲੂਵਾਲੀ ਦੀ ਕਮਾਂਡ ਦੇ ਵਿੱਚ ਥੜਾ ਸਾਹਿਬ ਬਣਾਇਆ 1764 'ਚ, ਜਥੇਦਾਰ ਬੁੱਢਾ ਸਿੰਘ ਨੇ ਉੱਥੇ ਗੁਰਦੁਆਰਾ ਸਾਹਿਬ ਬਣਾਇਆ। ਉਦੋਂ ਬਾਅਦ ਉਹ 6 ਮਹੀਨੇ ਬਾਅਦ ਕਹਿੰਦਾ ਸਰਹੰਦ ਮੈਂ ਨਹੀਂ ਲੈਣੀ। ਬਾਬਾ ਆਲਾ ਸਿੰਘ ਨਾਲ ਬੜਾ ਮਿਲਾਪ ਸੀ, ਬਾਬਾ ਆਲਾ ਸਿੰਘ ਨੇ 25,000 ਰੁਪਈਆ ਦੇ ਕੇ ਉਹ ਸਰਹੰਦ ਲੈ ਲਈ ਅਤੇ ਉਹਦੇ ਘਰੋਂ ਮਾਈ ਫਤਿਹ ਕੌਰ, ਪ੍ਰਸਿੱਧ ਨਾਂ ਮਾਈ ਫਤੋ, ਉਹ ਕਹਿੰਦੀ ਰਹੀ ਵੀ ਆਪਾਂ ਸਰਹੰਦ ਨਹੀਂ ਲੈਣੀ, ਗੁਰੂ ਮਾਰੀ ਸਰਹੰਦ ਆ। ਬਾਬਾ ਆਲਾ ਸਿੰਘ ਨੇ ਕਿਹਾ ਵੀ ਆਪਾਂ ਇੱਥੇ ਗੁਰਦੁਆਰਾ ਸਾਹਿਬ ਨੂੰ ਬਹੁਤ ਪ੍ਰਫੁੱਲਤ ਕਰਾਂਗੇ, ਉਜੜੇ ਹੋਏ ਲੋਕਾਂ ਨੂੰ ਵਸਾਵਾਂਗੇ, ਉਜੜੇ ਹੋਏ ਲੋਕਾਂ ਨੂੰ ਉਹਨੇ ਪਟਿਆਲੇ ਵਸਾਇਆ ਅਤੇ ਅੱਜ ਵੀ ਸਰਹੰਦੀ ਮਹੱਲਾ ਬੋਲਿਆ ਜਾਂਦਾ ਉਹਨੂੰ। ਬਾਬਾ ਆਲਾ ਸਿੰਘ ਨੇ ਉਸ ਗੁਰਦੁਆਰਾ ਸਾਹਿਬ ਦਾ ਹੋਰ ਨਿਰਮਾਣ ਵਧੀਆ ਕਰਾਇਆ। ਅੱਗੇ ਸਮਾਂ ਚੱਲਦਾ ਚੱਲਦਾ ਅੱਗੇ ਆ ਗਿਆ 1844। ਮਹਾਰਾਜਾ ਕਰਮ ਸਿੰਘ ਪੜੋਤਾ ਲੱਗਦਾ ਇਹਦਾ, ਉਹਨੇ ਫਿਰ ਗੁਰਦੁਆਰਾ ਸਾਹਿਬ ਦੀ ਵੱਡੀ ਇਮਾਰਤ, ਬਹੁਤ ਸੁੰਦਰ ਇਮਾਰਤ ਬਣਾਈ ਅਤੇ ਉਸ ਇਮਾਰਤ ਦੀ ਜਿਹੜੀ ਤਸਵੀਰ ਆ ਮਹਾਨਕੋਸ਼ ਵਿੱਚ ਭਾਈ ਕਾਹਨ ਸਿੰਘ ਨਾਭੇ ਨੇ ਛਾਪੀ ਹੋਈ ਆ। ਹੁਣ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਫਿਰ ਲਗਾਤਾਰ ਆਪਾਂ ਇਹ ਮੰਨਦੇ ਹਾਂ 1764 ਤੋਂ ਲੈ ਕੇ ਜਦ ਤੱਕ ਰਿਆਸਤਾਂ ਰਹੀਆਂ, ਰਿਆਸਤ ਪਟਿਆਲੇ ਦੇ ਕੋਲ ਹੀ ਰਿਹਾ। 1844 'ਚ ਗੁਰਦੁਆਰਾ ਸਾਹਿਬ ਮਹਾਰਾਜਾ ਕਰਮ ਸਿੰਘ ਦਾ ਬਣਾਇਆ ਹੋਇਆ, ਅੱਗੇ ਸਮਾਂ ਆ ਗਿਆ 1944। 1944 ਦੇ ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਆ, ਉਹਨੇ ਆਪਣੇ ਮੰਤਰੀਆਂ ਨਾਲ ਆਪਣੇ ਅਹਿਲਕਾਰਾਂ ਸਾਰਿਆਂ ਨਾਲ ਸਲਾਹ ਕੀਤੀ ਵੀ ਆਪਾਂ ਐਡਾ ਵੱਡਾ ਗੁਰਦੁਆਰਾ ਸਾਹਿਬ ਬਣਾਈਏ ਵੀ ਐਡੀ ਵੱਡੀ ਸ਼ਹੀਦੀ ਹੋਈ ਹੈ। ਅਸਮ ਖੁਦਾ ਕੀ ਇਹ ਫੈਸਲਾ ਹੈ, ਅਸਮ ਖੁਦਾ ਕੀ ਇਹ ਫੈਸਲਾ ਹੈ, ਮੁਰਸ਼ਦ ਮਿਲੇ ਤਾਂ ਖੁਦਾ ਮਿਲੇਗਾ ਬਾਤ ਬਨ। ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਦੇ 3 ਭਰਾ ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ਼ ਲੜੇ। ਸੂਬੇ ਦੀ ਕਚਹਿਰੀ 'ਚ ਨਵਾਬ ਨੂੰ ਕਿਹਾ ਕਿ ਤੁਸੀਂ ਇਹਨਾਂ ਬੱਚਿਆਂ ਤੋਂ ਬਦਲਾ ਲਵੋ, ਤਾਂ ਉਹਨੇ ਇਹ ਕਹਿ ਇਨਕਾਰ ਕੀਤਾ ਕਿ ਮੈਂ ਬਦਲਾ ਗੁਰੂ ਗੋਬਿੰਦ ਸਿੰਘ ਤੋਂ ਲਵਾਂਗਾ, ਇਹਨਾਂ ਬੱਚਿਆਂ ਤੋਂ ਕਿਉਂ ਲਵਾਂ। ਇਤਿਹਾਸ ਦਾ ਇਹ ਕਿੱਸਾ ਹਾ ਦਾ ਨਾਰਾ ਹੈ। ਰਾਏਕੋਟ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਨੂਰਾ ਮਾਹੀ ਤੋਂ ਸਾਹਿਬਜ਼ਾਦਿਆਂ ਦਾ ਹਾਲ ਸੁਣਿਆ। ਨੂਰਿਆ ਤੂੰ ਰੂਬਰੂ ਸੈ, ਕੋਈ ਗੱਲ ਨਾ ਲੁਕਾਈ, ਸੱਚੋ ਸੱਚ ਦੱਸੀ, ਕੋਈ ਕੈਰ ਨਾ ਕਮਾਈ, ਕੋਈ ਹਿੱਜ ਤੇ ਨਾ ਕੇਰੀ, ਕੋਈ ਆ ਤੇ ਨਾ ਕੱਢੀ, ਉਹ ਮੇਰੇ ਸੋਹਣੇ ਲਾਲਾ ਉੱਚੀ ਸਾਹ ਤੇ ਨਾ ਕੱਢੀ, ਤੇਸੀ ਨਾਲ ਸੱਟ ਜਦੋਂ ਮਾਰੀ ਸੀ ਕਰਾਰੀ, ਮੇਰੇ ਫਤਿਹ ਨੇ ਕੋਈ ਉੱਚੀ ਚੀਕ ਤਾਂ ਨਾ ਮਾਰੀ। ਉਸ ਵੇਲੇ ਪਾਤਸ਼ਾਹ ਨੂੰ ਦੱਸਿਆ ਕਿ ਨਵਾਬ ਮਲੇਰਕੋਟਲਾ ਸਾਹਿਬਜ਼ਾਦਿਆਂ ਦੇ ਹੱਕ 'ਚ ਖੜਾ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਨੂੰ ਤੋਹਫ਼ੇ 'ਚ ਕਿਰਪਾਨ ਭੇਜੀ। ਉਸ ਵੇਲੇ ਤੋਂ ਮਲੇਰਕੋਟਲੇ ਦਾ ਸਿੱਖਾਂ ਨਾਲ ਦੋਸਤਾਨਾ ਰਿਸ਼ਤਾ ਰਿਹਾ। ਛੱਡ ਦੇ ਖਿਆਲ ਸੂਬੇ ਪਾਲਾ ਨੂੰ ਚਿਣਾਉਣ ਦਾ, ਛੱਡ ਦੇ ਖਿਆਲ ਸੂਬੇ ਪਾਲਾ ਨੂੰ ਚਿਣਾਉਣ ਦਾ, ਕੰਧਾਂ ਵਿੱਚ ਸੂਰਜ ਅਤੇ ਚੰਦ ਨੂੰ ਛਿਪਾਉਣ ਦਾ, ਕੰਧਾਂ ਵਿੱਚ ਸੂਰਜ ਅਤੇ ਚੰਦ ਨੂੰ ਛਿਪਾਉਣ ਦਾ। ਜਦੋਂ 1944 'ਚ ਫਤਿਹਗੜ੍ਹ ਸਾਹਿਬ ਮਹਾਰਾਜਾ ਯਾਦਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਕਰਵਾਈ, ਤਾਂ ਉਹਨਾਂ ਮਲੇਰਕੋਟਲਾ ਨਵਾਬ ਨੂੰ ਸੇਵਾ 'ਚ ਸ਼ਾਮਲ ਹੋਣ ਲਈ ਚਿੱਠੀ ਲਿਖੀ। ਨਵਾਬ ਅਹਿਮਦ ਅਲੀ ਖਾਨ ਦਾ ਜਵਾਬ ਆਇਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ
ਸੇਵਾ 'ਚ ਸ਼ਾਮਿਲ ਹੋ ਕੇ। ਪਰ ਉਸ ਦਿਨ ਮੁਹਰਮ ਹੈ, ਸੋ ਸਾਡਾ ਮਲੇਰਕੋਟਲੇ 'ਚ ਰੁਕਣਾ ਜ਼ਰੂਰੀ ਹੈ। ਵੱਖਰੇ ਵੱਖਰੇ ਤਰੀਕੇ ਆ ਹਿਸਟਰੀ ਨੂੰ ਅੰਡਰਸਟੈਂਡ ਕਰਨ ਦੇ, ਵੱਖਰੇ ਵੱਖਰੇ ਸੋਰਸਿਜ਼ ਹੈਗੇ ਆ, ਉਵੇਂ ਤਸਵੀਰਾਂ ਵੀ ਇੱਕ ਸੋਰਸ ਹੈ, ਅਤੇ ਜਿਹੜੀ ਡਾਕੂਮੈਂਟੇਸ਼ਨ ਹੈਗੀ ਹੈ ਲਿਖਤ ਵਿੱਚ ਹੈਗੀਆਂ ਚੀਜ਼ਾਂ, ਉਹ ਵੀ ਇੱਕ ਸੋਰਸ ਹੈਗਾ ਹਿਸਟਰੀ ਨੂੰ ਅੰਡਰਸਟੈਂਡ ਕਰਨ ਵਾਸਤੇ। ਉਵੇਂ ਜਦੋਂ ਫਤਿਹਗੜ੍ਹ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈਗੀ ਹੈ, ਸਰੋਵਰ ਦੀ ਕਾਰ ਸੇਵਾ ਹੋਣੀ ਹੈ ਜਦੋਂ, ਅਤੇ ਇੱਕ ਚਿੱਠੀ ਮੇਰੇ ਨਜ਼ਰ 'ਚ ਆਈ, ਮਹਾਰਾਜਾ ਪਟਿਆਲਾ ਲਿਖਦੇ ਹੈਗੇ ਆ ਮਹਾਰਾਜਾ ਮਲੇਰਕੋਟਲਾ ਨੂੰ, ਅਤੇ ਉਹਦੇ ਵਿੱਚ ਉਹਨਾਂ ਨੂੰ ਇਨਵਾਈਟ ਕਰ ਰਹੇ ਹੈ ਕਿ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਣੀ ਹੈ ਫਲਾਣੀ ਤਰੀਕ ਨੂੰ, ਅਤੇ ਤੁਸੀਂ ਆਇਓ ਉੱਥੇ। ਸੋ ਇਟ ਇਜ਼ ਐਨ ਇਨਵੀਟੇਸ਼ਨ ਲੈਟਰ। ਅਤੇ ਉਹਦੇ ਵਿੱਚ ਫਿਰ ਮਹਾਰਾਜਾ ਮਲੇਰਕੋਟਲਾ ਜਵਾਬ ਦਿੰਦੇ ਹੈਗੇ ਆ ਕਿ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ ਹੈਗਾ, ਅਤੇ ਮੈਨੂੰ ਖੁਸ਼ੀ ਹੁੰਦੀ ਕਿ ਜੇ ਮੈਂ ਆ ਸਕਦਾ ਉੱਥੇ, ਪਰ ਉਸ ਦਿਨ ਮੁਹਰਮ ਹੈਗੀ ਹੈ ਅਤੇ ਮੇਰਾ ਮਲੇਰਕੋਟਲਾ ਦੇ ਵਿੱਚ ਹਾਜ਼ਰ ਰਹਿਣਾ ਜ਼ਰੂਰੀ ਹੈ। ਸੋ ਕਾਰ ਸੇਵਾ ਤਾਂ ਚੱਲ ਰਹੀ ਹੈਗੀ ਹੈ, ਹੈ ਨਾ, ਕਈ ਜਗ੍ਹਾ 'ਤੇ ਚੱਲ ਰਹੀ ਹੈ, ਪਰ ਕਾਰ ਸੇਵਾ ਨੂੰ ਲੈ ਕੇ ਜਿਹੜੀ ਹੋਰ ਡਾਕੂਮੈਂਟੇਸ਼ਨ ਹੈਗੀ ਹੈ, ਜਿਵੇਂ ਦੀਆਂ ਚਿੱਠੀਆਂ ਲਿਖੀਆਂ ਜਾ ਰਹੀਆਂ, ਜਿਵੇਂ ਦੇ ਪੋਸਟਰਸ ਬਣ ਰਹੇ ਹੈਗੇ ਆ, ਉਹ ਆਪਣੇ ਆਪ ਦੇ ਵਿੱਚ ਇੱਕ ਉਹ ਸਿੰਗਲ ਕਾਪੀ ਰਿਕਾਰਡ ਹੈਗੇ ਆ, ਉਸ ਚਿੱਠੀ ਦੀ ਕੋਈ ਦੂਸਰੀ ਕਾਪੀ ਨਹੀਂ ਹੋਏਗੀ। ਸੋ ਉਹ ਬੜੀ ਇੰਪੋਰਟੈਂਟ ਹੋ ਜਾਂਦੀ ਹੈਗੀ ਹੈ ਕਿ ਹਾਓ ਪੀਪਲ ਵਰ ਇੰਟਰੈਕਟਿੰਗ। ਜਿਹਦੇ ਦਿਲ ਵਿੱਚ ਰੱਬ ਜੀ ਦਾ ਡੇਰਾ, ਤੱਤੇ ਤੱਤੇ ਦੁੱਧ ਦੇ ਛੰਨੇ, ਨਿੱਕੇ ਲਾਲਾ ਨੂੰ ਪਿਉਂਦਾ ਮੋਤੀ ਮਹਿਰਾ, ਮਿੱਠੇ ਮਿੱਠੇ ਦੁੱਧ ਦੇ ਛੰਨੇ। ਭਾਈ ਮੋਤੀ ਰਾਮ ਮਹਿਰਾ ਜੀ, ਜਿਨ੍ਹਾਂ ਨੇ ਠੰਡੇ ਬੁਰਜ ਦੇ ਵਿੱਚ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ, ਕਹਿੰਦੇ ਨੇ ਕਿ ਬਾਅਦ ਵਿੱਚ ਜਦੋਂ ਗੰਗੂ ਦੇ ਚਚੇਰੇ ਭਰਾ ਪੰਮੇ ਲੰਗੇ ਨੇ ਚੁਗਲੀ ਕੀਤੀ ਵਜ਼ੀਰ ਖਾਂ ਦੇ ਪਾਸ, ਤਾਂ ਇਹਨਾਂ ਨੂੰ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕਰਕੇ ਸਜ਼ਾ ਇਹ ਸੁਣਾਈ ਗਈ ਕਿ ਇਹਨਾਂ ਨੂੰ ਕੋਹਲੂ ਦੇ ਵਿੱਚ ਨਪੀੜ ਦਿੱਤਾ ਜਾਵੇ। ਤੇਲੀਆਂ ਵਾਲੇ ਮੁਹੱਲੇ ਦੇ ਵਿੱਚ ਪਹਿਲਾਂ ਇਹਨਾਂ ਦੇ 6 ਸਾਲਾਂ ਪੁੱਤਰ ਨੂੰ, ਫਿਰ 80 ਸਾਲਾਂ ਮਾਂ ਮਾਈ ਲੱਦੋ ਨੂੰ, ਫਿਰ ਇਹਨਾਂ ਦੀ ਘਰ ਵਾਲੀ ਬੀਬੀ ਭੋਲੀ ਨੂੰ ਕੋਹਲੂ ਦੇ ਵਿੱਚ ਪਾ ਕੇ ਨਪੀੜਿਆ ਗਿਆ। ਉਹਦੇ ਤੋਂ ਬਾਅਦ ਭਾਈ ਮੋਤੀ ਰਾਮ ਮਹਿਰਾ ਜੀ ਨੂੰ ਵੀ ਕੋਹਲੂ ਦੇ ਵਿੱਚ ਨਪੀੜ ਦਿੱਤਾ ਗਿਆ, ਔਰ ਦੁਨੀਆਂ ਦੇ ਲੋਕ ਆਖਦੇ ਸਨ ਕਿ ਇੱਕ ਪੂਰਾ ਕੜਾਹਾ ਇਹਨਾਂ ਦੇ ਖੂਨ ਨਾਲ ਭਰ ਗਿਆ। ਪਰ ਧੰਨ ਹੈ ਭਾਈ ਮੋਤੀ ਰਾਮ ਮਹਿਰਾ, ਜਿਸ ਨੇ ਸੇਵਾ ਕਰਕੇ ਇਸ ਸੰਸਾਰ ਦੇ ਉੱਤੇ ਸਦੀਵੀ ਤੌਰ 'ਤੇ ਆਪਣੇ ਆਪ ਨੂੰ ਅਮਰ ਕਰ ਲਿਆ। ਦੀਵਾਨ ਟੋਡਰ ਵੱਲ ਨੇ ਸੂਬਾ ਸਰਹੰਦ ਨਾਲ ਇਹ ਇੱਛਾ ਜ਼ਾਹਰ ਕੀਤੀ ਕਿ ਮੈਂ ਸੰਸਕਾਰ ਕਰਨਾ ਚਾਹੁੰਦਾ, ਔਰ ਉਹਦੀਆਂ ਉਹਨੇ ਸ਼ਰਤਾਂ ਰੱਖੀਆਂ। ਪਹਿਲਾਂ ਤਾਂ ਉਹ ਸੰਸਕਾਰ ਦੀ ਇਜਾਜ਼ਤ ਹੀ ਨਹੀਂ ਸੀ ਦਿੰਦਾ, ਫਿਰ ਜਦੋਂ ਅੱਤਾ ਖਾਨ ਚੌਧਰੀ ਅੱਤਾ ਖਾਨ ਨੇ ਕੁਛ ਜ਼ਮੀਨ ਆਪਣੀ ਦੇਣ ਦਾ ਐਲਾਨ ਕਰਤਾ ਕਿ ਮੈਂ ਜ਼ਮੀਨ ਦੇਣ ਨੂੰ ਤਿਆਰ ਹਾਂ, ਅਤੇ ਅੱਤਾ ਖਾਨ ਨੂੰ ਵੀ ਦਬਕੇ ਮਾਰੇ ਗਏ ਵੀ ਤੂੰ ਫਿਰ ਇੱਦਾਂ ਨਹੀਂ, ਤੂੰ ਮੁੱਲ ਦੇ ਜ਼ਮੀਨ, ਅਤੇ ਫਿਰ ਉਹ ਜ਼ਮੀਨ ਦਾ ਮੁੱਲ ਪਾਇਆ ਗਿਆ। ਜ਼ਮੀਨ ਦਾ ਮੁੱਲ ਵੀ ਇਹ ਕਿਹਾ ਗਿਆ ਵੀ ਸੋਨੇ ਦੀਆਂ ਮੋਹਰਾਂ ਦੇ ਬਰਾਬਰ, ਉਹ ਜਿੰਨੀ ਜਗ੍ਹਾ ਚਾਹੀਦੀ ਹੈ ਉੱਥੇ ਸੋਨੇ ਦੀਆਂ ਮੋਹਰਾਂ ਵਿਛਾ ਦਿਓ। ਅਤੇ ਜਦੋਂ ਦੀਵਾਨ ਟੋਡਰਮੱਲ ਸੋਨੇ ਦੀਆਂ ਮੋਹਰਾਂ ਵਿਛਾਉਣ ਲਈ ਵੀ ਤਿਆਰ ਹੋ ਗਿਆ, ਫਿਰ ਦੁਬਾਰਾ ਇੱਕ ਆਰਡਰ ਜਿਹੜਾ ਸੀ ਰਿਵਿਊ ਆਰਡਰ ਜਿਹੜਾ ਕੀਤਾ ਗਿਆ ਕਿ ਮੋਹਰਾਂ ਖੜ੍ਹੇ ਰੋਟ ਵਿਛਾਉਣੀਆਂ ਨੇ, ਨਾਲ ਨਾਲ ਜੋੜ ਕੇ ਖੜ੍ਹੀ ਕਰਨੀ ਹੈ ਮੋਹਰ, ਅਤੇ ਉਹ ਰਕਮ ਵੀ ਦੀਵਾਨ ਟੋਡਰਮੱਲ ਨੇ ਅਦਾ ਕੀਤੀ। ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਦੀਵਾਨ ਟੋਡਰਮੱਲ ਹੋਰਾਂ ਦੀ ਬੇਟੀ ਦੀ ਸ਼ਾਦੀ ਰੱਖੀ ਹੋਈ ਸੀ, ਜਦੋਂ ਬਹੁਤ ਵੱਡੀ ਰਕਮ ਅਦਾ ਕਰਨ ਲਈ
ਸੂਬਾ ਸਰਹੰਦ ਮਜੀਦ ਖਾਨ ਨੇ ਕਿਹਾ ਤਾਂ ਦੀਵਾਨ ਟੋਡਰਮੱਲ ਦੀ ਬੇਟੀ ਨੇ ਕਿਹਾ ਕਿ ਮੇਰੀ ਸ਼ਾਦੀ ਰੱਦ ਕਰ ਦਿਓ, ਜੋ ਮੇਰਾ ਦਾਜ ਦਹੇਜ ਤਿਆਰ ਕੀਤਾ ਇਹਨੂੰ ਵੇਚ ਕੇ ਮੋਹਰਾਂ ਜਿਹੜੀਆਂ ਨੇ ਉਹਦੀ ਸ਼ਰਤ ਪੂਰੀ ਕਰੋ, ਅਤੇ ਇਸ ਤਰ੍ਹਾਂ ਉਹ ਸ਼ਰਤ ਪੂਰੀ ਕੀਤੀ। ਕਟਵਾ ਕੇ ਪਿਸਰ ਚਾਰੇ ਕਿਆ ਸੁਨਾ ਗਰਾਇਆ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓ ਕਾ ਬੜਾਇਆ। ਕਟਵਾ ਕੇ ਪਿਸਰ ਚਾਰੇ ਕਿਆ ਸੁਨਾ ਗਰਾਇਆ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀ। ਬਾਬਾ ਫਤਿਹ ਸਿੰਘ ਖੜੇ ਨੇ ਦਰਬਾਰ 'ਚ, ਹੋਰ ਭਜੰਗੀ ਸਿੱਖ ਵੀ ਖੜੇ ਨੇ, ਸਿੰਘ ਖੜੇ ਨੇ, ਭਜੰਗੀ ਨੇ, ਛੋਟੇ ਬੱਚੇ ਖੜੇ ਨੇ। ਮਹਾਰਾਜ ਮੌਤ 'ਚ ਉਹਨਾਂ ਨੂੰ ਕਹਿੰਦੇ ਵੀ ਦਮਾਲੇ ਸਜਾ ਕੇ ਆਓ, ਜਿਹਦਾ ਦਮਾਲਾ ਸੋਹਣਾ ਹੋਇਆ ਉਹਨੂੰ ਇਨਾਮ ਦਿੱਤਾ ਜਾਊਗਾ। ਹੁਣ ਦਮਾਲੇ ਤਾਂ ਸਾਰੇ ਹੀ ਸੋਹਣੇ ਨੇ, ਵੱਡੀ ਗੱਲ ਸਿਰ ਦੇ ਸੋਹਣੇ ਹੋਣ ਦੀ ਹੈ ਨਾ, ਵੀ ਤੁਹਾਡਾ ਸਿਰ ਸੋਹਣਾ ਤਾਂ ਦਮਾਲਾ ਤੁਹਾਡਾ ਸੋਹਣਾ ਹੀ ਹੈ। ਪਰ ਮਹਾਰਾਜ ਕਿਸੇ ਮੌਜ 'ਚ ਹੈ, ਮਹਾਰਾਜ ਨੇ ਕਿਹਾ ਬੱਚੇ ਭਜੰਗੀ ਭੱਜੇ ਗਏ, ਬਾਬਾ ਫਤਿਹ ਸਿੰਘ ਵੀ ਭੱਜੇ ਗਏ। ਬਾਬਾ ਫਤਿਹ ਸਿੰਘ ਗਏ ਉਹ ਦਮਾਲਗੜ੍ਹ ਸਥਾਨ, ਜਿਹੜਾ ਹੁਣ ਵੀ ਉੱਥੇ ਹੈਗਾ, ਅਸੀਂ ਜਾ ਕੇ ਨਮਸਕਾਰ ਬਾਬਾ ਫਤਿਹ ਸਿੰਘ ਨੂੰ ਕਰਦੇ ਹਾਂ। ਜਿੱਥੇ ਬਾਬਾ ਜੀ ਨੇ ਜਾ ਕੇ ਅਰਦਾਸ ਕੀਤੀ ਅਕਾਲ ਪੁਰਖ ਅੱਗੇ, ਕਹਿੰਦੇ ਵੀ ਪਹਿਲੀ ਵਾਰ ਸੱਚੇ ਪਾਤਸ਼ਾਹ ਨੇ ਕੋਈ ਚੀਜ਼ ਮੰਗੀ ਹੈ, ਪਹਿਲੀ ਵਾਰ ਉਹਨਾਂ ਨੇ ਕਿਹਾ ਵੀ ਦਮਾਲੇ ਸਜਾ ਕੇ ਆਓ, ਪਹਿਲੀ ਵਾਰ ਸ਼ਾਇਦ ਉਹਨਾਂ ਨੇ ਸਾਡੇ ਦਮਾਲੇ ਦੇਖਣੇ ਆ ਪਹਿਲੀ ਵਾਰੀ ਸਜੇ ਵੀ, ਤਾਂ ਮੈਂ ਅਕਾਲ ਪੁਰਖ ਜੀ ਤੁਹਾਡੇ ਅੱਗੇ ਅਰਦਾਸ ਕਰਦਾ ਵੀ ਮੈਂ ਜਿਹੜਾ ਅੱਜ ਦਮਾਲਾ ਸਜਾਵਾਂ ਉਹ ਮਹਾਰਾਜ ਭਾ ਜੇ ਸੱਚੇ ਪਾਤਸ਼ਾਹ ਨੇ, ਤੁਸੀਂ ਮਿਹਰ ਕਰਿਓ ਮੇਰੇ 'ਤੇ। ਕਹਿੰਦੇ ਵੀ ਬਾਬਾ ਫਤਿਹ ਸਿੰਘ ਦੀ ਅਰਦਾਸ ਅਕਾਲ ਪੁਰਖ ਦੇ ਦਰਬਾਰ ਪ੍ਰਵਾਨ ਹੁੰਦੀ ਹੈ, ਅਕਾਲ ਪੁਰਖ ਧਰਤੀ 'ਤੇ ਆਉਂਦੇ ਹੈ, ਆਪਦੇ ਹੱਥੀਂ ਬਾਬਾ ਫਤਿਹ ਸਿੰਘ ਦੇ ਸਿਰ 'ਤੇ ਦਮਾਲਾ ਸਜਾਉਂਦੇ ਹੈ, ਇੱਕ ਆਪਦੀ ਕਟਾਰ ਦਿੰਦੇ ਹੈ। ਅਤੇ ਜਦੋਂ ਬਾਬਾ ਫਤਿਹ ਸਿੰਘ ਜਾ ਕੇ ਮਹਾਰਾਜ ਦੇ ਦਰਬਾਰ 'ਚ ਹਾਜ਼ਰੀ ਦਿੰਦੇ ਆ, ਜਾ ਕੇ ਫਤਿਹ ਬੁਲਾਉਂਦੇ ਆ, ਸੱਚੇ ਪਾਤਸ਼ਾਹ ਆਪਦੇ ਆਸਣ ਤੋਂ ਉੱਠ ਕੇ ਉਹਨਾਂ ਨੂੰ ਫਤਿਹ ਬੁਲਾਉਂਦੇ ਆ, ਅਤੇ ਉੱਥੋਂ ਕਹਿੰਦੇ ਵੀ ਫਰਲਾ ਛੱਡਿਆ ਅਤੇ ਮਹਾਰਾਜ ਨੇ ਕਿਹਾ ਵੀ ਅੱਜ ਤੋਂ ਨਿਹੰਗ ਫੌਜ ਆ ਜਿਹੜੀ ਆ ਅਕਾਲੀ ਫੌਜ ਸਾਰੀ ਤੇਰੀ ਝੋਲੀ ਪਾਈ। ਔਰ ਇਸ ਧਰਤੀ ਤੋਂ ਸੁਨੇਹਾ ਲੈ ਕੇ ਜਾਣਾ ਚਾਹੀਦਾ, ਅੱਜ ਸਾਡੇ ਸਿਰਾਂ 'ਤੇ ਦਸਤਾਰਾਂ ਨਹੀਂ ਰਹੀਆਂ, ਸਾਡੇ ਸਿਰਾਂ 'ਤੇ ਕੇਸ ਨਹੀਂ ਰਹੇ, ਅਸੀਂ ਆਪਣੀ ਭਾਸ਼ਾ ਭੁੱਲ ਗਏ, ਊੜਾ ਵੀ ਅਲੋਪ ਹੋ ਰਿਹਾ, ਜੂੜਾ ਵੀ ਅਲੋਪ ਹੋ ਰਿਹਾ। ਇਹ ਸੁਨੇਹਾ ਇਸ ਧਰਤੀ ਤੋਂ ਲੈ ਕੇ ਜਾਣਾ ਚਾਹੀਦਾ ਕਿ ਇੱਥੇ ਸਿਦਕ ਦੇ ਵਾਸਤੇ ਕੁਰਬਾਨੀਆਂ ਹੋਈਆਂ। ਅਸੀਂ ਅੱਜ ਦੇ ਸੰਦਰਭ ਵਿੱਚ ਕਿੱਥੇ ਖੜ੍ਹੇ ਹਾਂ, ਅਸੀਂ ਸਿਦਕ ਦੇ ਕਿੱਡੇ ਕੁ ਵੱਡੇ ਪਹਿਰੇਦਾਰ ਹਾਂ, ਕਿੰਨਾ ਪਹਿਰਾ, ਕਿੰਨੀਆਂ ਦਾਦੀਆਂ ਨੇ ਜਿਹੜੀਆਂ ਮਾਤਾ ਗੁਜਰੀ ਵਾਂਗ ਆਪਣੇ ਸਿਦਕ 'ਤੇ ਪਹਿਰਾ ਦੇ ਰਹੀਆਂ ਨੇ, ਆਪਣੇ ਪੋਤਰਿਆਂ ਨੂੰ ਕਿਸ ਕਿਸਮ ਦੀ ਤਰਬੀਅਤ ਅਸੀਂ ਅੱਜ ਦੇ ਰਹੇ ਹਾਂ। ਆਇਆ ਸ਼ਬਦ ਦਾ ਸੁਨੇਹਾ ਸਾਡੇ ਬੱਚਿਆਂ ਤੱਕ ਅੱਪੜ ਰਿਹਾ, ਸਾਡੇ ਸਿਦਕ ਦਾ ਸੁਨੇਹਾ ਅੱਪੜ ਰਿਹਾ, ਸਾਡੀ ਕੇਸਾਂ ਦੀ ਪਰੰਪਰਾ ਦਾ ਸੁਨੇਹਾ ਅੱਪੜ ਰਿਹਾ, ਸਾਡੇ ਦਸਤਾਰ ਦਾ ਜੋ ਵਿਰਾਸਤ ਹੈ ਉਸ ਦਾ ਸੁਨੇਹਾ ਸਹੀ ਪਰਿਪੇਖ ਵਿੱਚ ਆਉਣ ਵਾਲੀਆਂ ਜਨਰੇਸ਼ਨ ਤੱਕ ਪਹੁੰਚ ਰਿਹਾ। ਮੈਂ ਸਮਝਦਾ ਵੀ ਸਾਨੂੰ ਫਤਿਹਗੜ੍ਹ ਸਾਹਿਬ ਜੋ ਵੀ ਲੋਕ ਦਤਮਸਤਕ ਹੋ ਕੇ ਜਾਂਦੇ ਨੇ, ਹਰ ਸਾਲ ਜਿਹੜੇ ਕੇਸਾਂ ਦੀ ਬੇਅਦਬੀ ਕਰਦੇ ਨੇ, ਜਿਹੜੇ ਸਿੱਖ ਪਰਿਵਾਰਾਂ 'ਚ ਜਿਨ੍ਹਾਂ ਨੇ ਜਨਮ ਲਿਆ ਉਹ ਇੱਥੇ ਸਹੁੰ ਖਾ ਕੇ ਜਾਣ ਕਿ ਅਸੀਂ ਅਸਲ ਸਜਦਾ ਇਹੀ ਹੋਏਗਾ ਕਿ ਉਹਨਾਂ ਦੇ ਸਿਰਾਂ 'ਤੇ ਕੇਸ ਆਉਣ, ਦਸਤਾਰਾਂ ਆਉਣ, ਉਹ ਸਿੱਖੀ ਸਰੂਪ 'ਚ ਆਉਣ। ਇਹੋ ਹੀ ਸੱਚਾ ਸਜਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਔਰ ਉਹਨਾਂ ਦੀ ਕੁਰਬਾਨੀ ਨੂੰ ਹੈ।